ਸ਼ੁਰੂ ਕਰਦੇ ਹਾਂ ਉਸ ਦੋ ਜਹਾਨ ਦੇ ਪਾਲਣ ਹਾਰ ਦਾ ਨਾਮ ਲੈ ਕੇ ਜੋ ਸਭ 'ਤੇ ਬਹੁਤ ਹੀ ਰਹਿਮਤਾਂ ਔਰ ਬਖਸ਼ਿਸ਼ਾਂ ਕਰਨ ਵਾਲਾ ਹੈ। ਅੱਜ ਦੇ ਸਤਸੰਗ ਦੀ ਸ਼ੁਰੂਆਤ ਅਸੀਂ ਸੰਤ ਕਬੀਰ ਜੀ ਦੇ ਜੀਵਨ ਦੀ ਇੱਕ ਛੋਟੀ ਜਿਹੀ ਸਾਖੀ ਤੋਂ ਕਰਾਂਗੇ, ਯਾਨੀ ਉਹਨਾਂ ਦੇ ਜੀਵਨ ਦੀ ਇੱਕ ਬੜੀ ਪਿਆਰੀ ਘਟਨਾ ਤੋਂ ਕਰਾਂਗੇ। ਔਰ ਅਗਰ ਅਸੀਂ ਉਹਨਾਂ ਦੇ ਜੀਵਨ ਦੀ ਸਾਖੀ ਨੂੰ, ਇਹ ਘਟਨਾ ਨੂੰ ਸਮਝ ਲਈਏ ਤਾਂ ਸਾਨੂੰ ਆਪਣੀ ਜ਼ਿੰਦਗੀ ਨੂੰ ਵੀ ਸਮਝਣਾ ਆਸਾਨ ਹੋ ਜਾਏਗਾ ਕਿ ਸਾਡੀ ਜ਼ਿੰਦਗੀ ਕਿੱਦਾਂ ਬਦਲ ਸਕਦੀ ਹੈ, ਸਾਡੇ ਜੀਵਨ 'ਚ ਖੁਸ਼ੀਆਂ ਕਿੱਦਾਂ ਆ ਸਕਦੀਆਂ ਹੈ। ਸੋ ਇਹ ਸਾਖੀ ਹੈ ਕਬੀਰ ਸਾਹਿਬ ਦੇ ਜੀਵਨ ਦੀ ਕਿ ਇੱਕ ਦਿਨ ਇੱਕ ਰਾਜਾ ਕਬੀਰ ਸਾਹਿਬ ਨੂੰ ਮਿਲਣ ਵਾਸਤੇ ਗਿਆ ਔਰ ਜਾ ਕੇ ਉਸਨੇ ਕਬੀਰ ਸਾਹਿਬ ਤੋਂ ਇੱਕ ਸਵਾਲ ਪੁੱਛਿਆ। ਔਰ ਸਵਾਲ ਕੀ ਸੀ ਕਿ ਹੇ ਸਤਿਗੁਰੂ ਕਬੀਰ, ਇਹ ਦੱਸੋ ਕਿ ਸੰਤਾਂ ਦੀ ਸੰਗਤ 'ਚ ਬੈਠਣ ਨਾਲ ਇਨਸਾਨ ਨੂੰ ਲਾਭ ਕੀ ਹੁੰਦਾ ਹੈ? ਕਿਉਂਕਿ ਅੱਜ ਤੁਸੀਂ ਵੀ ਸਤਸੰਗ 'ਚ ਆਏ ਹੋ ਨਾ, ਤਾਂ ਹੋ ਸਕਦਾ ਤੁਹਾਡੇ ਮਨ 'ਚ ਵੀ ਹੋਵੇ ਕਿ ਅਸੀਂ ਟਾਈਮ ਕੱਢ ਕੇ ਆਏ ਹਾਂ, ਵਕਤ ਕੱਢ ਕੇ ਆਏ ਹਾਂ, ਤਾਂ ਸਤਸੰਗ 'ਚ ਆ ਕੇ ਸਾਨੂੰ ਮਿਲਣਾ ਕੀ ਹੈ? ਕਿਉਂਕਿ ਇਨਸਾਨ ਦੇ ਅੰਦਰ ਹਮੇਸ਼ਾ ਨਾ ਇੱਕ ਉਹ ਚੱਲਦਾ ਰਹਿੰਦਾ ਹੈ, ਅਗਰ ਮੈਂ ਇਹ ਕੰਮ ਕਰੂੰਗਾ ਤਾਂ ਮੈਨੂੰ ਫਾਇਦਾ ਕੀ ਹੋਏਗਾ, ਅਗਰ ਮੈਂ ਇੱਥੇ ਜਾਊਂਗਾ ਤਾਂ ਮੈਨੂੰ ਮਿਲੇਗਾ ਕੀ? ਹੁਣ ਅਗਰ ਇਨਸਾਨ ਨੂੰ ਸਮਝ ਹੋਵੇ ਕਿ ਸੰਤਾਂ ਗੁਰੂਆਂ ਰਹਿਬਰਾਂ ਦੀ ਸੋਭਤ ਵਿੱਚ ਜਾ ਕੇ ਸਾਨੂੰ ਕੀ ਮਿਲ ਸਕਦਾ ਹੈ, ਤਾਂ ਫਿਰ ਇਨਸਾਨ ਕਦੀ ਵੀ ਉਹ ਮੌਕਾ ਗੁਆਉਂਦਾ ਨਹੀਂ ਹੈ, ਫਿਰ ਉਸ ਮੌਕੇ ਨੂੰ ਸੰਭਾਲਦਾ ਹੈ। ਕਿਉਂਕਿ ਇਹ ਗੱਲ ਇੱਥੇ ਸਾਫ਼ ਕਹਿ ਦੇਣਾ ਚਾਹਵਾਂਗੇ ਕਿ ਜੋ ਇਨਸਾਨ ਨੂੰ ਗੁਰੂਆਂ ਰਹਿਬਰਾਂ ਪੀਰਾਂ ਫਕੀਰਾਂ ਦੀ ਸੋਭਤ ਵਿੱਚੋਂ ਮਿਲ ਸਕਦਾ ਹੈ ਨਾ, ਉਹ ਇਨਸਾਨ ਨੂੰ ਸੰਸਾਰ 'ਚ ਕਿਤੇ ਹੋਰ ਨਹੀਂ ਮਿਲ ਸਕਦਾ। ਕਿਉਂਕਿ ਜਿਸ ਤਰ੍ਹਾਂ ਅਸੀਂ ਕਈ ਵਾਰ ਦੱਸੀਦਾ ਹੈ ਕਿ ਨਾ ਬਾਦਸ਼ਾਹੋਂ ਸੇ ਮਿਲਤੀ ਹੈ, ਨਾ ਅਮੀਰੋਂ ਸੇ ਮਿਲਤੀ ਹੈ, ਨਾ ਬਾਦਸ਼ਾਹੋਂ ਸੇ ਮਿਲਤੀ ਹੈ, ਨਾ ਅਮੀਰੋਂ ਸੇ ਮਿਲਤੀ ਹੈ, ਜੋ ਕਿਸਮਤ ਕੋ ਬਦਲ ਸਕਤੀ ਹੈ ਵੋ ਰਹਿਮਤ ਤੋਂ ਫਕੀਰੋਂ ਸੇ ਮਿਲਤੀ ਹੈ। ਇਹਦੇ ਕਿਸਮਤ ਨੂੰ ਵੀ ਬਦਲਣ ਵਾਲੀ ਜਿਹੜੀ ਤਾਕਤ ਹੈ ਨਾ, ਉਹ ਰਹਿਮਤ ਹੈ, ਉਹ ਇਨਸਾਨ ਨੂੰ ਗੁਰੂਆਂ ਰਹਿਬਰਾਂ ਫਕੀਰਾਂ ਦੇ ਕੋਲ ਬਹਿ ਕੇ ਮਿਲਣੀ ਹੈ। ਔਰ ਇਹੀ ਚੀਜ਼ ਕਬੀਰ ਸਾਹਿਬ ਦੱਸਦੇ ਹੈ ਕਿ ਜਦੋਂ ਰਾਜੇ ਨੇ ਸਵਾਲ ਕੀਤਾ ਕਿ ਫਕੀਰਾਂ ਦੀ ਸੰਤਾਂ ਦੀ ਸੋਭਤ ਵਿੱਚ ਬਹਿ ਕੇ ਕੀ ਮਿਲਦਾ ਹੈ, ਕੀ ਫਾਇਦਾ ਹੁੰਦਾ ਹੈ, ਤਾਂ ਦੇਖੋ ਕਬੀਰ ਸਾਹਿਬ ਨੇ ਅੱਗੇ ਰਾਜੇ ਨੂੰ ਇੱਕ ਸਵਾਲ ਪੁੱਛਿਆ। ਕਹਿੰਦੇ ਆ ਰਾਜਨ, ਤੇਰੇ ਕੋਲ ਮਹਿਲ ਦੇ ਵਿੱਚ ਬਾਗ ਹੈ? ਉਹ ਕਹਿੰਦਾ ਜੀ ਹੈ, ਕਿਉਂਕਿ ਰਾਜਿਆਂ ਮਹਾਰਾਜਿਆਂ ਦੇ ਮਹਿਲਾਂ 'ਚ ਬਾਗ ਵੀ ਹੁੰਦੇ ਜਿੱਥੇ ਉਹ ਸੈਰ ਕਰਦੇ ਹੈ, ਜਿੱਥੇ ਤਰ੍ਹਾਂ ਤਰ੍ਹਾਂ ਦੇ ਫੁੱਲ ਹੁੰਦੇ। ਉਹਨਾਂ ਕਿਹਾ ਜੀ ਹੈ ਬਾਗ। ਉਹ ਕਹਿੰਦੇ ਉਸ ਬਾਗ ਦੇ ਵਿੱਚ ਚੰਦਨ ਹੈ? ਉਹ ਕਹਿੰਦੇ ਚੰਦਨ ਦਾ ਪੇੜ ਵੀ ਹੈ, ਕਿਉਂਕਿ ਰਾਜੇ ਮਹਾਰਾਜੇ। ਹੁਣ ਰਾਜਿਆਂ ਮਹਾਰਾਜਿਆਂ ਦੇ ਬਾਗ ਵਿੱਚ ਕੀਮਤੀ ਤੋਂ ਕੀਮਤੀ ਪੌਦੇ ਹੁੰਦੇ ਹੈ, ਕੀਮਤੀ ਤੋਂ ਕੀਮਤੀ ਫੁੱਲ ਹੁੰਦੇ ਹੈ, ਉਹ ਕਹਿੰਦੇ ਚੰਦਨ ਵੀ ਹੈ। ਤਾਂ ਉਸ ਵੇਲੇ ਕਬੀਰ ਸਾਹਿਬ ਨੇ ਕਿਹਾ ਕਿ ਇਹ ਰਾਜਨ, ਅਗਰ ਤੇਰੇ ਬਾਗ 'ਚ ਚੰਦਨ ਹੈ ਔਰ ਤੂੰ ਜਾਣਨਾ ਚਾਹੁੰਦਾ ਹੈ ਕਿ ਫਕੀਰਾਂ ਦੇ ਕੋਲ ਬਹਿ ਕੇ, ਫਕੀਰਾਂ ਦੀ ਸੋਭਤ ਵਿੱਚ ਬਹਿ ਕੇ ਇਨਸਾਨ ਨੂੰ ਕੀ ਲਾਭ ਹੁੰਦਾ ਹੈ, ਤਾਂ ਅਸੀਂ ਤੈਨੂੰ ਇਹ ਸਮਝਾਉਣਾ ਨਹੀਂ ਹੈ, ਦਿਖਾਉਣਾ ਹੈ, ਜ਼ਰਾ ਸਮਝਣਾ। ਉਹ ਕਹਿੰਦੇ ਜੀ ਕੀ ਦਿਖਾਉਣਾ ਹੈ? ਤਾਂ ਕਬੀਰ ਸਾਹਿਬ ਕਹਿੰਦੇ ਇਹ ਰਾਜਾ, ਇੱਦਾਂ ਕਰਨਾ ਹੈ ਕਿ ਦੋ ਨਿੰਮ ਦੇ ਪੌਦੇ ਲੈਣੇ ਹੈ। ਸਮਝਦੇ ਹੋ ਕਿ ਨਹੀਂ? ਕੀ ਕਰਨਾ ਹੈ? ਦੋ ਨਿੰਮ ਦੇ ਪੌਦੇ ਲੈਣੇ ਹੈ। ਇੱਕ ਪੌਦੇ ਨੂੰ ਗਮਲੇ 'ਚ ਲਗਾ ਕੇ ਚੰਦਨ ਦੇ ਕੋਲ ਰੱਖ ਦੇਣਾ ਹੈ ਔਰ ਦੂਸਰੇ ਨੂੰ ਚੰਦਨ ਦੇ ਨਜ਼ਦੀਕ ਜ਼ਮੀਨ ਦੇ ਵਿੱਚ ਬੋ ਦੇਣਾ ਹੈ। ਔਰ ਫਿਰ ਕੁਛ ਦਿਨ ਜਦੋਂ ਗੁਜ਼ਰ ਗਏ ਤਾਂ ਫਿਰ ਅਸੀਂ ਤੈਨੂੰ ਦੱਸਾਂਗੇ ਕੀ ਕਰਨਾ ਹੈ। ਸਮਝਦੇ ਹੋ ਕਿ ਨਹੀਂ? ਔਰ ਫਿਰ ਜਵਾਬ ਦੇਵਾਂਗੇ, ਕਿਉਂਕਿ ਕੁਛ ਚੀਜ਼ਾਂ ਦਾ ਹੁੰਦਾ ਹੈ ਕਿ ਉਸੇ ਵੇਲੇ ਜਵਾਬ ਦਿਓ ਤਾਂ ਇਨਸਾਨ ਨੂੰ ਉਹ ਸਮਝ ਨਹੀਂ ਆਉਂਦੀ, ਜਾਂ ਕਹਿ ਲਓ ਕਿ ਬੰਦਾ ਕਹਿੰਦਾ ਕੋਰੀਆਂ ਗੱਲਾਂ ਹੀ ਹੈ,
ਪਰ ਕੁਛ ਐਸੀਆਂ ਚੀਜ਼ਾਂ ਹੁੰਦੀਆਂ ਹੈ ਕਿ ਜਦੋਂ ਗੁਰੂ ਰਹਿਬਰ ਉਹ ਪ੍ਰੈਕਟੀਕਲੀ ਕਰਕੇ ਦਿਖਾਉਂਦੇ ਆ ਤਾਂ ਫਿਰ ਬੰਦੇ ਨੂੰ ਪਤਾ ਲੱਗਦਾ ਕਿ ਇਹਦਾ ਅਸਰ ਜੀਵਨ ਤੇ ਕੀ ਹੋ ਸਕਦਾ ਹੈ। ਸਮਝਦੇ ਹੋ ਕਿ ਨਹੀਂ? ਜਿੱਦਾਂ ਕਈ ਵਾਰ ਅਸੀਂ ਦੱਸਿਆ ਨਾ ਕਿ ਕਿਸੇ ਬੱਚੇ ਨੂੰ ਰੋਕੋ ਕਿ ਬੇਟਾ ਆਹ ਕੰਮ ਨਹੀਂ ਕਰਨਾ, ਇਹਨਾਂ ਸੱਟ ਲੱਗ ਸਕਦੀ ਹੈ, ਚੋਟ ਲੱਗ ਸਕਦੀ ਹੈ, ਤਾਂ ਬੱਚਾ ਕਈ ਵਾਰ ਨਹੀਂ ਸਮਝਦਾ। ਪਰ ਜਦੋਂ ਚੋਟ ਲੱਗ ਜਾਂਦੀ ਹੈ ਫਿਰ ਬੱਚੇ ਨੂੰ ਪਤਾ ਲੱਗਦਾ ਕਿ ਅਗਰ ਮੈਂ ਗਲਤੀ ਕਰੂੰਗਾ ਤਾਂ ਆਹ ਸਜ਼ਾ ਮਿਲਣੀ ਹੈ ਮੈਨੂੰ। ਸਮਝਦੇ ਹੋ ਕਿ ਨਹੀਂ? ਇਸ ਲਈ ਕਈ ਵਾਰ ਨਾ ਅਸੀਂ ਆਪਣੀ ਗੱਲ ਦੱਸੀ ਦੀ ਹੈ ਕਿ ਰੂਹਾਨੀ ਤੁਹਾਨੂੰ ਪਤਾ ਹੈ ਕਿ ਬੇਟੀ ਸਾਡੀ ਇਸ ਵੇਲੇ ਉਹਦੀ ਉਮਰ 8 ਸਾਲ ਹੈ, ਉਸ ਵੇਲੇ ਉਹਦੀ ਉਮਰ 6 ਸਾਲ ਦੀ ਸੀ, ਦੁੱਧ ਦਾ ਕੱਪ ਰੱਖਿਆ ਸੀ ਸਾਡੇ ਕੋਲ ਗਲਾਸ, ਤਾਂ ਉਹ ਆਵੇ ਐਂ ਹੱਥ ਕਰੇ ਉਹਦੇ ਕੋਲ ਨੂੰ, ਐਂ ਹੱਥ ਕਰੇ, ਠੀਕ ਹੈ ਬੇਟਾ ਗਰਮ ਹੈ, ਹੱਥ ਨਾ ਲਾਈ ਇਹਨੂੰ। ਪਰ ਉਹ ਜਦੋਂ ਬੱਚੇ ਸ਼ਰਾਰਤੀ ਹੁੰਦੇ, ਠੀਕ ਹੈ ਗਰਮ ਹੈ ਹੱਥ ਨਾ ਲਾਈ, ਅਸੀਂ ਫਿਰ ਲਿਖ ਰਹੇ ਸੀ ਕੁਛ ਉੱਧਰ ਲਿਖਣ ਲੱਗ ਪਏ, ਉਹ ਫਿਰ ਐਂ ਕਰੇ, ਠੀਕ ਹੈ ਫਿਰ ਉਹਦੇ ਵੱਲੋਂ ਹੱਥ, ਅਸੀਂ ਫਿਰ ਰੋਕਿਆ, ਰੁਕ ਬੇਟਾ ਹੱਥ ਸੜ ਜਾਏਗਾ। ਪਰ ਨਹੀਂ, ਤੀਸਰੀ ਵਾਰ ਜਦੋਂ ਕੋਲ ਨੂੰ ਕੀਤਾ ਨਾ ਅਸੀਂ ਰੋਕਿਆ ਨਹੀਂ, ਇਹ ਕਿਹਾ ਲਾਈ ਲੈ ਤੂੰ, ਜਦੋਂ ਲਾਇਆ ਉਹਨੇ ਹਈ ਗਰਮ, ਇਹ ਕਿਹਾ ਹੁਣ ਲਾਉਣ ਦੁਆਰਾ ਮੈਂ ਨਹੀਂ ਲਾਉਂਦੀ, ਕਿਉਂਕਿ ਕਈ ਵਾਰ ਦੱਸਣ ਨਾਲ ਨਹੀਂ ਬੱਚਾ ਸਮਝਦਾ, ਪਰ ਜਦੋਂ ਚੀਜ਼ ਚੀਜ਼ ਗੁਜ਼ਰਦਾ ਨਾ, ਹੁਣ ਸਾਨੂੰ ਪਤਾ ਸੀ ਹੱਥ ਲਾ ਵੀ ਲਿਆ ਤਾਂ ਕੋਈ ਛਾਲਾ ਨਹੀਂ ਪੈਣਾ, ਕੋਈ ਨੁਕਸਾਨ ਨਹੀਂ ਹੋਣਾ, ਪਰ ਇੰਨਾ ਪਤਾ ਲੱਗਣਾ ਗਰਮ ਹੈ, ਤਾਂ ਫਿਰ ਇਹਨਾਂ ਦੁਬਾਰਾ ਉਹ ਕੋਸ਼ਿਸ਼ ਨਹੀਂ ਕਰਨੀ, ਸਾਡਾ ਵੀ ਟਾਈਮ ਬਚਣਾ ਤਾਂ ਇਹਨੂੰ ਵੀ ਸਮਝ ਆ ਜਾਣੀ ਹੈ। ਨਹੀਂ ਤਾਂ ਕਈ ਵਾਰ ਬੰਦਾ ਬਹੁਤ ਸਮਝਾਉਣ ਦੀ ਕੋਸ਼ਿਸ਼ ਕਰਦਾ ਫਿਰ ਵੀ ਸਮਝ। ਸੋ ਕਬੀਰ ਸਾਹਿਬ ਨੇ ਵੀ ਨਾ, ਕਿਉਂਕਿ ਜਦੋਂ ਰਾਜਿਆਂ ਮਹਾਰਾਜਿਆਂ ਦੀ ਗੱਲ ਹੋਵੇ ਨਾ ਤਾਂ ਪ੍ਰੈਕਟੀਕਲੀ ਕਰਕੇ ਦਿਖਾਓ ਤਾਂ ਰਾਜਿਆਂ ਦੇ ਮਹਾਰਾਜਿਆਂ ਦੇ ਦਿਮਾਗ 'ਚ ਜਲਦੀ, ਕਿਉਂਕਿ ਜਿੱਥੇ ਰਾਜਪੁਣਾ ਹੈ ਉੱਥੇ ਹੰਕਾਰ ਵੀ ਜ਼ਿਆਦਾ ਹੁੰਦਾ ਹੈ। ਇਸ ਲਈ ਹੁਣ ਕਹਿੰਦੇ ਕਬੀਰ ਸਾਹਿਬ ਨੇ ਜਿਸ ਤਰ੍ਹਾਂ ਰਾਜੇ ਨੂੰ ਕਿਹਾ, ਰਾਜੇ ਨੇ 2 ਨਿੰਮ ਦੇ ਪੌਦੇ ਲਏ, ਤਾਂ ਕਬੀਰ ਸਾਹਿਬ ਨੇ ਜਰਾ ਹੁਣ ਗੌਰ ਕਰਨਾ, ਰਾਜੇ ਨੂੰ ਇਹ ਵੀ ਕਿਹਾ ਸੀ ਕਿ ਜਦੋਂ ਨਿੰਮ ਦਾ ਪੌਦਾ ਬੋਣਾ ਹੈ ਤਾਂ ਪੱਤੀ ਚੱਕ ਕੇ ਦੇਖੀ ਤਾਂ ਪੱਤੀ ਦਾ ਸਵਾਦ ਕੀ ਹੋਏਗਾ, ਕਿਉਂਕਿ ਨਿੰਮ ਦੀ ਪੱਤੀ ਕੈਸੀ ਹੁੰਦੀ ਹੈ। ਉਹ ਰਾਜਾ ਕਹਿੰਦਾ ਜੀ ਨਿੰਮ ਤਾਂ ਕੜਵੀ ਹੁੰਦੀ ਹੈ, ਕਹਿੰਦੇ ਸਵਾਦ ਜ਼ਰੂਰ ਚੱਖ ਲਈ ਚੰਦਨ ਦੇ ਕੋਲ ਲਗਾਉਣ ਤੋਂ ਪਹਿਲਾਂ। ਹੁਣ ਰਾਜਾ ਗਿਆ, ਉਹਨੇ 2 ਪੌਦੇ ਨਿੰਮ ਦੇ ਲਏ, ਇੱਕ ਗਮਲੇ 'ਚ ਰੱਖ ਦਿੱਤਾ ਚੰਦਨ ਦੇ ਕੋਲ, ਤਾਂ ਦੂਜਾ ਥੋੜ੍ਹੀ ਦੂਰੀ 'ਤੇ ਜ਼ਮੀਨ ਖੋਦੀ ਔਰ ਉਹਦੇ 'ਚ ਬੋਲਤਾ। ਵਕਤ ਗੁਜ਼ਰਿਆ, 10 ਦਿਨ, 15 ਦਿਨ, ਮਹੀਨਾ ਜਦੋਂ ਗੁਜ਼ਰ ਗਿਆ ਤਾਂ ਉਸ ਵੇਲੇ ਕਹਿੰਦੇ ਕਬੀਰ ਸਾਹਿਬ ਆਪ ਪਹੁੰਚ ਗਏ ਰਾਜੇ ਦੇ ਕੋਲ। ਜਦੋਂ ਰਾਜੇ ਦੇ ਕੋਲ ਪਹੁੰਚੇ, ਰਾਜੇ ਨੂੰ ਪਤਾ ਲੱਗਾ ਕਬੀਰ ਸਾਹਿਬ ਆਏ ਹੈ, ਤਾਂ ਰਾਜੇ ਨੇ ਸਵਾਗਤ ਕੀਤਾ ਕਬੀਰ ਸਾਹਿਬ ਦਾ ਔਰ ਬੜੀ ਇੱਜ਼ਤ, ਬੜੇ ਮਾਣ ਸਨਮਾਨ ਨਾਲ ਕਬੀਰ ਸਾਹਿਬ ਨੂੰ ਆਪਣੇ ਕੋਲ ਬਿਠਾਇਆ। ਤਾਂ ਉਸ ਵੇਲੇ ਕਬੀਰ ਸਾਹਿਬ ਨੇ ਕਿਹਾ ਕਿ ਰਾਜਾ ਯਾਦ ਹੈ ਤੈਨੂੰ, ਕੁਛ ਸਮਾਂ ਪਹਿਲਾਂ ਤੂੰ ਸਵਾਲ ਕੀਤਾ ਸੀ ਕਿ ਫਕੀਰਾਂ ਸੰਤਾਂ ਦੀ ਸੋਭਤ 'ਚ ਬੈਠਣ ਦਾ ਅਸਰ ਕੀ ਹੁੰਦਾ ਹੈ, ਔਰ ਅਸੀਂ ਤੈਨੂੰ ਕਿਹਾ ਸੀ 2 ਨਿੰਮ ਦੇ ਪੌਦੇ, ਇੱਕ ਗਮਲੇ 'ਚ ਔਰ ਇੱਕ ਉਸ ਤਰ੍ਹਾਂ ਜ਼ਮੀਨ ਦੇ ਵਿੱਚ ਲਗਾ ਦੇਣਾ, ਕੀ ਤੂੰ ਲਗਾ ਦਿੱਤੇ ਸੀ? ਉਹ ਕਹਿੰਦਾ ਜੀ ਹਾਂ, ਉਹ ਕੱਲ੍ਹ ਨੂੰ ਤਾਂ ਮਹੀਨਾ ਹੋ ਗਿਆ ਹੈ। ਕਬੀਰ ਸਾਹਿਬ ਕਹਿੰਦੇ ਕਿੱਥੇ ਲਗਾਏ ਸੀ? ਚੱਲ ਸਾਨੂੰ ਉੱਥੇ ਲੈ ਕੇ ਚੱਲ। ਹੁਣ ਜਦੋਂ ਕਬੀਰ ਸਾਹਿਬ ਔਰ ਰਾਜਾ ਉੱਥੇ ਪਹੁੰਚੇ ਬਾਗ ਦੇ ਵਿੱਚ ਜਿੱਥੇ ਚੰਦਨ ਦੇ ਕੋਲ ਉਹਨਾਂ ਨੇ ਨਿੰਮ ਦਾ ਪੌਦਾ ਇੱਕ ਗਮਲੇ 'ਚ ਔਰ ਦੂਸਰਾ ਜ਼ਮੀਨ 'ਚ ਲਗਾਇਆ ਸੀ, ਜਦੋਂ ਉੱਥੇ ਪਹੁੰਚੇ ਤਾਂ ਉਸ ਵੇਲੇ ਕਬੀਰ ਸਾਹਿਬ ਨੇ ਕਿਹਾ, ਰਾਜਾ ਜਦੋਂ ਪੌਦਾ ਲਾਇਆ ਸੀ ਇਹਦੇ ਪੱਤੇ ਚਖੇ ਸੀ? ਕਹਿੰਦਾ ਜੀ ਹਾਂ ਚਖੇ ਸੀ, ਪਰ ਬੜੇ ਕੜਵੇ ਸੀ। ਕਹਿੰਦੇ ਹੁਣ ਚੱਖ ਜਿਹੜਾ ਪੌਦਾ ਗਮਲੇ 'ਚ ਸੀ, ਕਬੀਰ ਸਾਹਿਬ ਨੇ ਕਿਹਾ ਪਹਿਲਾਂ ਇਹਦਾ ਪੱਤਾ ਤੋੜ, ਖਾ ਦੇਖ ਕੀ ਆਉਂਦਾ ਹੈ। ਹੁਣ ਜਦੋਂ ਉਹਨੇ ਉਹਦਾ ਪੱਤਾ ਤੋੜਿਆ ਤਾਂ ਦੇਖਿਆ ਪੱਤੇ 'ਚੋਂ ਚੰਦਨ ਦੀ ਮਹਿਕ ਆ ਰਹੀ ਹੈ, ਕਿਉਂਕਿ ਚੰਦਨ ਦੀ ਇੱਕ ਖਾਸੀਅਤ ਹੁੰਦੀ ਹੈ
ਕਿ ਉਹਦੇ ਲਾਗੇ ਜਿਹੜੀ ਬਨਸਪਤੀ ਹੁੰਦੀ ਹੈ ਉਹ ਆਪਣੀ ਮਹਿਕ ਉਹਦੇ ਅੰਦਰ ਭਰ ਦਿੰਦਾ ਹੈ। ਇਹ ਚੰਦਨ ਦੀ ਖਾਸੀਅਤ ਹੈ, ਕਿਉਂਕਿ ਕੁਦਰਤ ਨੇ, ਪਰਮਾਤਮਾ ਨੇ ਜਿਸ ਪੇੜ ਪੌਦੇ ਨੂੰ ਵੀ ਦੁਨੀਆ 'ਤੇ ਪੈਦਾ ਕੀਤਾ ਹੈ ਨਾ, ਇੱਕ ਛੋਟੇ ਜਿਹੇ ਘਾਸ ਦੇ ਤਿਨਕੇ ਨੂੰ ਵੀ ਪੈਦਾ ਕੀਤਾ, ਤਾਂ ਉਹਦੇ ਅੰਦਰ ਵੀ ਕੋਈ ਨਾ ਕੋਈ ਕੁਆਲਿਟੀ ਪ੍ਰਭੂ ਨੇ ਰੱਖੀ ਹੋਈ ਹੈ। ਇਸ ਲਈ ਉਹ ਪਰਮਾਤਮਾ ਕਦੀ ਵੀ ਕੋਈ ਚੀਜ਼ ਵਿਅਰਥ ਨਹੀਂ ਬਣਾਉਂਦਾ। ਫਿਰ ਤੁਸੀਂ ਤਾਂ ਇਨਸਾਨ ਹੋ, ਇਸ ਲਈ ਕਦੀ ਨਾ ਸੋਚੋ ਕਿ ਰੱਬ ਨੇ ਮੈਨੂੰ ਪਤਾ ਨਹੀਂ ਉਦੇ ਬਣਾ ਦਿੱਤਾ। ਤੁਹਾਡੇ ਅੰਦਰ ਵੀ ਕਈ ਗੁਣ ਹੈ, ਕਈ ਕੁਆਲਿਟੀਆਂ ਹੈ, ਬਸ ਜ਼ਰੂਰਤ ਹੈ ਉਹਨਾਂ ਗੁਣਾਂ ਨੂੰ ਸਮਝਣ ਦੀ, ਉਸ ਕੁਆਲਿਟੀ ਨੂੰ ਸਮਝਣ ਦੀ। ਪਰ ਇਨਸਾਨ ਆਪਣੇ ਗੁਣਾਂ ਨੂੰ ਸਮਝਣ ਦੀ ਬਜਾਏ ਆਪਣੇ ਆਪ ਨੂੰ ਦੂਜੇ ਨਾਲ ਕੰਪੇਅਰ ਕਰਦਾ ਰਹਿੰਦਾ ਹੈ, ਹਾਏ ਉਹਦੇ ਅੰਦਰ ਆਹ ਗੁਣ ਹੈ ਤਾਂ ਮੇਰੇ ਅੰਦਰ ਹੈ ਨਹੀਂ। ਬੋਲੋ, ਸਮਝਦੇ ਹੋ? ਹੁਣ ਜੇ ਸਚਿਨ ਤੰਦੂਲਕਰ ਕਹਿੰਦਾ ਰੋਨਾਲਡੋ ਇੰਨਾ ਅੱਛਾ ਫੁੱਟਬਾਲ ਖੇਡਦਾ ਹੈ ਤਾਂ ਮੈਂ ਫੁੱਟਬਾਲਰ ਕਹਿ ਨਹੀਂ, ਤਾਂ ਉਹਨੂੰ ਇਹ ਹੋਣਾ ਚਾਹੀਦਾ ਜੇ ਉਹ ਫੁੱਟਬਾਲਰ ਤਾਂ ਮੈਂ ਅੱਛਾ ਬੈਟਸਮੈਨ ਹਾਂ, ਕਿਉਂਕਿ ਜਿਹੜਾ ਗੁਣ ਮੇਰੇ ਅੰਦਰ ਹੈ ਮੈਂ ਉਹਦੀ ਪਹਿਚਾਣ ਕਰਨੀ, ਉਹਦੀ ਕਦਰ ਕਰਨੀ ਹੈ। ਦੂਜੇ ਨਾਲ ਕੰਪੇਅਰ ਕਰਕੇ ਆਪਣੇ ਆਪ ਨੂੰ ਘੱਟ ਨਹੀਂ ਜਾਣਨਾ, ਕਿਉਂਕਿ ਪਰਮਾਤਮਾ ਨੇ ਘੱਟ ਕਿਸੇ ਨੂੰ ਵੀ ਨਹੀਂ ਬਣਾਇਆ। ਹਰ ਅੰਦਰ ਕੁਆਲਿਟੀ ਹੈ, ਹਰ ਅੰਦਰ ਗੁਣ ਹੈ। ਜਿਹੜਾ ਆਪਣੇ ਆਪ 'ਤੇ ਮਿਹਨਤ ਕਰਦਾ ਹੈ ਫਿਰ ਉਹਦੇ ਗੁਣ ਹੌਲੀ ਹੌਲੀ ਬਾਹਰ ਆਉਣੇ ਸ਼ੁਰੂ ਹੋ ਜਾਂਦੇ ਹੈ। ਕਿਉਂਕਿ ਕੋਈ ਅੱਛਾ ਗਿਟਾਰ ਵਜਾ ਸਕਦਾ ਤਾਂ ਕੋਈ ਅੱਛਾ ਹਾਰਮੋਨੀਅਮ, ਕੋਈ ਅੱਛਾ ਢੋਲ ਵਜਾ ਸਕਦਾ ਤਾਂ ਕੋਈ ਅੱਛਾ ਤਬਲਾ, ਕਿਉਂਕਿ ਹਰੇਕ ਦੀ ਕੁਆਲਿਟੀ ਅਲੱਗ ਹੈ। ਬਸ ਅਸੀਂ ਕਿਸੇ ਨਾਲ ਕੰਪੇਅਰ ਕਰਕੇ ਆਪਣੇ ਆਪ ਨੂੰ ਘੱਟ ਨਹੀਂ ਆਂਕਣਾ, ਬਲਕਿ ਆਪਣੀ ਖੂਬੀ ਨੂੰ, ਆਪਣੇ ਗੁਣਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ, ਉਹਨਾਂ ਨੂੰ ਵਧਾਉਣ ਦੀ ਕੋਸ਼ਿਸ਼ ਕਰਨੀ ਹੈ। ਇਸ ਲਈ ਇੱਧਰ ਫਿਰ ਕਹਾਂਗੇ, ਜਦੋਂ ਕਬੀਰ ਸਾਹਿਬ ਨੇ ਕਿਹਾ ਰਾਜੇ ਨੂੰ ਕਿ ਦੇਖ ਜ਼ਰਾ, ਉਹਨੇ ਪੱਤੀ ਤੋੜੀ ਗਮਲੇ ਵਾਲੇ ਨਿੰਮ ਦੀ, ਦੇਖਿਆ ਉਹਦੇ 'ਚੋਂ ਚੰਦਨ ਦੀ ਮਹਿਕ ਆ ਰਹੀ ਹੈ, ਪਰ ਜਿਸ ਲਈ ਉਹਨੇ ਜ਼ੁਬਾਨ 'ਤੇ ਰੱਖੀ ਤਾਂ ਪੱਤੀ ਕੜਵੀ। ਰਾਜਾ ਕਹਿੰਦਾ ਮਹਾਰਾਜ ਇਹਦੇ 'ਚੋਂ ਚੰਦਨ ਦੀ ਮਹਿਕ ਤਾਂ ਆ ਰਹੀ ਹੈ ਪਰ ਇਹਦੀ ਕੜਵਾਹਟ ਕੌੜੀ ਉੱਦਾਂ ਹੀ ਹੈ। ਕਹਿੰਦੇ ਨਾ ਦੂਜੀ ਨੂੰ ਤੋੜ ਜਿਹੜੀ ਜ਼ਮੀਨ 'ਚ ਲੱਗੀ ਹੋਈ ਹੈ। ਹੁਣ ਜਦੋਂ ਉਹਨਾਂ ਜ਼ਮੀਨ ਵਾਲੀ ਤੋੜੀ ਨਾ, ਮਹਿਕ ਉਹ 'ਚੋਂ ਵੀ ਚੰਦਨ ਦੀ ਆ ਰਹੀ ਹੈ, ਕਹਿੰਦੇ ਇਹਨੂੰ ਚੱਖ, ਪਰ ਜਦੋਂ ਉਹਨੂੰ ਚੱਖਿਆ ਤਾਂ ਉਹਦੇ ਅੰਦਰ ਕੜਵਾਹਟ ਖਤਮ ਹੋ ਚੁੱਕੀ ਹੈ। ਉਹ ਰਾਜਾ ਬੜਾ ਹੈਰਾਨ ਹੋਇਆ ਕਿ ਮਹਾਰਾਜ ਇਹ ਨਿੰਮ ਕੜਵੀ ਨਹੀਂ ਹੈ, ਇਹਦੇ ਅੰਦਰ ਕੜਵਾਹਟ ਬਿਲਕੁਲ ਖਤਮ ਹੋ ਚੁੱਕੀ ਹੈ, ਪਰ ਮਹਿਕ ਵੀ ਹੈ ਔਰ ਇਹਦੇ ਅੰਦਰ ਥੋੜ੍ਹੀ ਜਿਹੀ ਮਿਠਾਸ ਵੀ ਹੈ, ਯਾਨੀ ਕੜਵਾਪਨ ਨਹੀਂ ਹੈ। ਔਰ ਦੂਜਾ ਗਮਲਾ, ਇਹਦੇ ਅੰਦਰ ਮਹਿਕ ਤਾਂ ਹੈ ਪਰ ਇਹਦੇ ਅੰਦਰ ਕੜਵਾਹਟ ਹਾਲੇ ਵੀ ਹੈ। ਸੋ ਮਹਾਰਾਜ ਇਹ ਕੀ ਹੈ? ਤਾਂ ਉਸ ਵੇਲੇ ਕਬੀਰ ਸਾਹਿਬ ਕਹਿੰਦੇ ਰਾਜਾ ਹੁਣ ਸਮਾਂ ਆ ਗਿਆ ਤੇਰੇ ਸਵਾਲ ਦਾ ਜਵਾਬ ਦੇਣ ਦਾ, ਕਿ ਤੂੰ ਪੁੱਛਿਆ ਸੀ ਕਿ ਸੰਤਾਂ ਫਕੀਰਾਂ ਦੀ ਸੋਬਤ ਵਿੱਚ ਬੈਠਣ ਦਾ ਕੀ ਲਾਭ ਹੁੰਦਾ ਹੈ। ਤਾਂ ਕਬੀਰ ਸਾਹਿਬ ਨੇ ਆਪਣੀ ਬਾਣੀ 'ਚ ਦੱਸਿਆ ਹੈ ਕਿ ਕਬੀਰਾ ਸੰਗਤ ਸੰਤ ਕੀ ਜੂ ਚੰਦਨ ਕੀ ਵਾਸ। ਉਹ ਕਹਿੰਦੇ ਕਬੀਰਾ ਸੰਗਤ ਸੰਤ ਕੀ ਜੂ ਚੰਦਨ ਕੀ ਵਾਸ, ਕੜਵੀ ਨੀਮ ਮੀਠੀ ਭਈ ਗਈ ਜੋ ਚੰਦਨ ਪਾਸ। ਕਹਿੰਦੇ ਕੜਵੀ ਨਿੰਮ ਵੀ ਮਿੱਠੀ ਹੋ ਗਈ ਕਦੋਂ? ਜਦੋਂ ਚੰਦਨ ਦੇ ਪਾਸ ਗਈ, ਜਦੋਂ ਚੰਦਨ ਦੀ ਸੋਭਤ ਮਿਲੀ, ਚੰਦਨ ਦੀ ਸੰਗਤ ਮਿਲੀ। ਪਰ ਹੁਣ ਇੱਥੇ ਸਮਝਣਾ ਹੈ ਕਿ ਇੱਕ ਨਿੰਮ ਗਮਲੇ 'ਚ ਤਾਂ ਇੱਕ ਨਿੰਮ ਜ਼ਮੀਨ 'ਚ। ਹੁਣ ਜਿਹੜੀ ਗਮਲੇ ਵਾਲੀ ਹੈ ਉਹਨੂੰ ਮਹਿਕ ਤਾਂ ਥੋੜ੍ਹੀ ਜਿਹੀ ਜ਼ਰੂਰ ਮਿਲੀ ਪਰ ਉਹਦੇ ਅੰਦਰ ਦੀ ਕੜਵਾਹਟ ਖਤਮ ਨਹੀਂ ਹੋਈ। ਔਰ ਜਿਹਨੂੰ ਜੜ ਮਿਲੀ, ਯਾਨੀ ਜ਼ਮੀਨ ਦੇ ਵਿੱਚ ਜਿਹੜੀ ਲਗਾਈ ਗਈ, ਉਹਦੇ ਅੰਦਰ ਮਹਿਕ ਵੀ ਆਈ ਤਾਂ ਉਹਦੇ ਅੰਦਰ ਦੀ ਕੜਵਾਹਟ ਵੀ ਦੂਰ ਹੋ ਗਈ। ਇਹ ਇਸ਼ਾਰਾ ਕੀਤਾ ਕਬੀਰ ਸਾਹਿਬ ਨੇ ਕਿ ਦੋ ਤਰ੍ਹਾਂ ਦੇ ਇਨਸਾਨ ਹੁੰਦੇ ਹੈ, ਸੰਤ, ਗੁਰੂ, ਰਹਿਬਰ, ਫਕੀਰ ਚੰਦਨ ਦੀ ਤਰ੍ਹਾਂ ਹੁੰਦੇ ਹੈ, ਪਰ ਉਹਨਾਂ ਦੇ ਕੋਲ ਜਾਣ ਵਾਲੇ ਇਨਸਾਨ ਦੋ ਪ੍ਰਕਾਰ ਦੇ ਹੁੰਦੇ ਹੈ।
ਜਿੱਦਾਂ ਆਹ ਦੋ ਪੌਦੇ ਇੱਕ ਗਮਲੇ 'ਚ ਔਰ ਇੱਕ ਜ਼ਮੀਨ 'ਚ ਲੱਗਾ ਹੈ। ਹੁਣ ਇਹਨਾਂ ਨੂੰ ਫਰਕ ਕੀ ਪੈਂਦਾ ਹੈ ਕਿ ਕਈ ਗਮਲੇ ਦੀ ਤਰ੍ਹਾਂ ਜਾਂਦੇ ਹੈ, ਯਾਨੀ ਉਹ ਜਾਂਦੇ ਜ਼ਰੂਰ ਹੈ ਸਤਸੰਗ 'ਚ, ਪਰ ਜਿੱਦਾਂ ਇਹ ਨਿੰਮ ਦਾ ਪੌਦਾ ਗਮਲੇ 'ਚ ਲੱਗਾ ਹੋਇਆ ਹੈ ਤਾਂ ਗਮਲੇ ਦਾ ਇੱਕ ਦਾਇਰਾ ਹੈ ਚਾਰੋਂ ਤਰਫ, ਉਹ ਮਿੱਟੀ ਦਾ ਦਾਇਰਾ ਹੈ ਜਿਹੜਾ ਜੜ ਨੂੰ ਉੱਥੇ ਤੱਕ ਨਹੀਂ ਪਹੁੰਚਣ ਦਿੰਦਾ ਜਿੱਥੋਂ ਨਿੰਮ ਨੂੰ ਐਨਰਜੀ, ਜਿੱਥੋਂ ਉਹ ਚੰਦਨ ਨੂੰ ਐਨਰਜੀ ਮਿਲ ਰਹੀ ਹੈ। ਜ਼ਰਾ ਸਮਝਣਾ, ਜਿੱਦਾਂ ਸਮਝ ਲਓ ਆਪਾਂ ਜਿਹੜਾ ਪੌਦਾ ਗਮਲੇ 'ਚ ਲਾਉਂਦੇ ਆ ਨਾ, ਉਹ ਜਿੰਨੀ ਕੁ ਗਮਲੇ 'ਚ ਮਿੱਟੀ ਹੈ ਉਹਨੇ ਉੱਥੋਂ ਹੀ ਐਨਰਜੀ ਲੈਣੀ ਹੈ। ਇਸ ਲਈ ਜਪਾਨ ਦੇ ਅੰਦਰ ਅਸੀਂ ਦੇਖਿਆ ਕਿ ਉੱਥੇ 100-100 ਸਾਲ ਦਾ ਪੌਦਾ ਉਹਨਾਂ ਨੇ ਗਮਲੇ 'ਚ ਲਾਇਆ ਹੈ, ਉਹ ਹੈ ਇੰਨਾ ਗਈ ਪਰ ਲਿਖਿਆ ਹੋਇਆ 100 ਸਾਲ ਪੁਰਾਣਾ, ਨਾ ਉਹ ਵੱਧਦਾ ਹੈ ਨਾ ਫੁੱਲਦਾ ਹੈ। ਕਿਉਂ? ਕਿਉਂਕਿ ਉਹਦੀ ਜੜ ਨੂੰ ਗਹਿਰਾਈ 'ਚ ਜਾਣ ਦਾ ਮੌਕਾ ਮਿਲਦਾ ਹੀ ਨਹੀਂ ਹੈ। ਇਸ ਲਈ ਕਈ ਇਨਸਾਨ ਵੀ ਐਸੇ ਹੁੰਦੇ ਹੈ ਕਿ ਉਹਨਾਂ ਦੇ ਵਿਚਾਰ, ਉਹਨਾਂ ਦੀ ਸੋਚ, ਉਹਨਾਂ ਨੇ ਉਹਦੇ ਆਲੇ ਦੁਆਲੇ ਇੱਦਾਂ ਦਾ ਇੱਕ ਦਾਇਰਾ ਬਣਾਇਆ ਹੁੰਦਾ ਹੈ ਕਿ ਉਹ ਵਿਚਾਰਾਂ ਨੂੰ ਵਧਣ ਦਾ ਮੌਕਾ ਮਿਲਦਾ ਨਹੀਂ। ਉਹਨਾਂ ਦੀ ਸੋਚ ਇੱਕ ਦਾਇਰੇ 'ਚ ਕੈਦ ਹੁੰਦੀ ਹੈ, ਮੈਂ ਇੰਨਾ ਕੀ ਸੋਚਣਾ ਹੈ, ਮੈਂ ਇਹਨੂੰ ਹੀ ਸੁਣਨਾ ਹੈ, ਮੈਂ ਇਹਨੂੰ ਹੀ ਮੰਨਣਾ ਹੈ। ਪਰ ਗੁਰੂ ਰਹਿਬਰ ਕਹਿੰਦੇ ਗਿਆਨ ਦੀ ਗੱਲ ਤਾਂ ਜਿੱਥੋਂ ਮਿਲੇ ਉੱਥੋਂ ਉਹਨੂੰ ਗ੍ਰਹਿਣ, ਤਾਂ ਕਿ ਆਪਣੇ ਵਿਚਾਰਾਂ ਨੂੰ ਕੈਦ ਕਰਕੇ ਨਾ ਰੱਖੋ, ਆਪਣੀ ਸੋਚ ਨੂੰ ਕੈਦ ਕਰਕੇ ਨਾ ਰੱਖੋ। ਕਿਉਂਕਿ ਕਹਿੰਦੇ ਕਿ ਦਿਮਾਗ ਔਰ ਛਾਤਾ, ਜ਼ਰਾ ਹੁਣ ਗੌਰ ਕਰਨਾ, ਕਹਿੰਦੇ ਹੈ ਇੱਕ ਕਹਾਵਤ ਹੈ ਕਿ ਦਿਮਾਗ ਔਰ ਛਾਤਾ ਖੁੱਲ੍ਹਾ ਹੀ ਅੱਛਾ ਹੈ, ਫਾਇਦੇਮੰਦ ਹੈ। ਜੇ ਬੰਦ ਰਹਿ ਜਾਵੇ ਤਾਂ ਛਾਤਾ ਵੀ ਕਿਸੇ ਕੰਮ ਦਾ ਨਹੀਂ ਤਾਂ ਦਿਮਾਗ ਵੀ। ਹੁਣ ਬਾਰਿਸ਼ ਹੋ ਰਹੀ ਹੈ, ਧੁੱਪ ਹੈ, ਜੇ ਛਾਤਾ ਬੰਦ ਹੀ ਹੈ ਤਾਂ ਨਾ ਉਹਨਾਂ ਬਾਰਿਸ਼ ਤੋਂ ਬਚਾਉਣਾ ਨਾ ਧੁੱਪ ਤੋਂ ਬਚਾਉਣਾ ਹੈ। ਅਗਰ ਛਾਤਾ ਖੁੱਲ੍ਹਾ ਹੋਏਗਾ ਧੁੱਪ ਤੋਂ ਵੀ ਬਚਾਏਗਾ, ਗਰਮੀ ਤੋਂ ਵੀ ਬਚਾਏਗਾ ਤਾਂ ਬਾਰਿਸ਼ ਤੋਂ ਵੀ। ਇਸੇ ਤਰ੍ਹਾਂ ਦਿਮਾਗ ਵੀ ਸਾਡਾ ਖੁੱਲ੍ਹਾ ਹੀ ਰਹਿਣਾ ਚਾਹੀਦਾ, ਪਰ ਕਈਆਂ ਦਾ ਦਿਮਾਗ ਇੱਦਾਂ ਬੰਦ ਹੁੰਦਾ ਹੈ ਕਿ ਮੈਂ ਤਾਂ ਇੱਕ ਧਰਮ ਨਾਲ ਜੁੜਿਆ ਹਾਂ, ਮੈਂ ਤਾਂ ਇੱਕ ਚੀਜ਼ ਨਾਲ ਜੁੜਿਆ ਹਾਂ, ਮੈਂ ਤਾਂ ਇਹਦੇ ਨਾਲ ਜੁੜਿਆ, ਮੈਂ ਹੋਰ ਕਿਸੇ ਨੂੰ ਸੁਣਨਾ ਨਵੀਂ ਦੋਗ ਨੇ। ਇਸ ਲਈ ਵਿਚਾਰ ਜਿਹੜਾ ਸਮਝਦਾਰ ਇਨਸਾਨ ਹੁੰਦਾ ਹੈ ਉਹ ਕਹਿੰਦਾ ਜਿੱਥੋਂ ਮੈਨੂੰ ਅੱਛਾ ਵਿਚਾਰ ਮਿਲਦਾ ਹੈ ਉਹ ਵਿਚਾਰ ਨੂੰ ਮੈਂ ਗ੍ਰਹਿਣ। ਇਸ ਲਈ ਗਮਲੇ ਵਾਲੀ ਸੋਚ ਨਹੀਂ ਆਪਣੀ ਰੱਖਣੀ ਕਿ ਜੇ ਮੈਂ ਚਾਹੁੰਦਾ ਮੇਰੀ ਜ਼ਿੰਦਗੀ ਦਾ ਪੇੜ ਹਰਾ ਭਰਾ ਹੋਵੇ, ਉੱਚਾ ਲੰਬਾ ਹੋਵੇ, ਆਕਾਸ਼ ਦੀਆਂ ਉਚਾਈਆਂ ਤੱਕ ਪਹੁੰਚੇ, ਤਾਂ ਫਿਰ ਮੈਨੂੰ ਚਾਹੀਦਾ ਹੈ ਕਿ ਆਪਣੀਆਂ ਜੜ੍ਹਾਂ ਨੂੰ ਗਹਿਰਾਈ ਵਿੱਚ ਜਾਣ ਦੇਵਾਂ। ਕਿਉਂਕਿ ਜਿਹੜੀਆਂ ਜੜ੍ਹਾਂ ਗਮਲੇ 'ਚ ਹੁੰਦੀਆਂ ਨਾ, ਗਮਲਾ ਕਦੀ ਉਹਨਾਂ ਨੂੰ ਵਧਣ, ਉਹ ਪੌਦਾ ਕਦੀ ਬੜਾ। ਇਸ ਲਈ ਕਬੀਰ ਸਾਹਿਬ ਨੇ ਕਿਹਾ ਦੂਜਾ ਪੇੜ ਦੇਖ, ਇਹ ਜ਼ਮੀਨ 'ਚ ਲੱਗਾ ਹੋਇਆ ਹੈ, ਇਹਦੀ ਜੜ੍ਹ ਚੰਦਨ ਦੀ ਜੜ੍ਹ ਨਾਲ ਥੱਲਿਓ ਮੇਲ ਕਰ ਰਹੀ ਹੈ। ਇਸ ਲਈ ਚੰਦਨ ਨੇ ਬਾਹਰੋਂ ਮਹਿਕ ਵੀ ਦਿੱਤੀ ਤਾਂ ਇਹਦੀ ਜੜ੍ਹ ਉੱਥੇ ਲੱਗੀ ਹੋਈ ਹੈ ਜਿੱਥੇ ਚੰਦਨ ਦੀ ਜੜ੍ਹ ਹੈ। ਇਸ ਲਈ ਉਹ ਚੰਦਨ ਦੀ ਜੜ੍ਹ ਨੇ ਇਹਦੇ ਅੰਦਰਲੀ ਜੜ੍ਹ ਨਾਲ ਜੁੜ ਕੇ ਇਹਦੇ ਅੰਦਰਲੀ ਕੜੱਤਣ ਨੂੰ ਵੀ ਖਿੱਚ ਲਿਆ, ਖਤਮ ਕਰ ਦਿੱਤਾ। ਇਹਦਾ ਮਤਲਬ ਕੀ ਹੈ ਕਿ ਜਦੋਂ ਸਾਡੇ ਵਿਚਾਰਾਂ ਦੀ ਗਹਿਰਾਈ ਉਹ ਫਕੀਰਾਂ, ਸੰਤਾਂ, ਗੁਰੂਆਂ, ਰਹਿਬਰਾਂ ਦੇ ਵਿਚਾਰਾਂ ਨਾਲ ਮਿਲ ਜਾਂਦੀ ਹੈ, ਤਾਂ ਫਿਰ ਸਾਡੇ ਜੀਵਨ 'ਚ ਵੀ ਜਿੰਨੀ ਕੜਵਾਹਟ ਹੁੰਦੀ ਹੈ, ਜਿੰਨੀਆਂ ਕਮੀਆਂ ਹੁੰਦੀਆਂ, ਜਿੰਨੀਆਂ ਬੁਰਾਈਆਂ ਹੁੰਦੀਆਂ ਹੈ, ਉਹ ਰੱਬ ਦੇ ਪਿਆਰੇ ਉਹਨਾਂ ਨੂੰ ਖਿੱਚ ਲੈਂਦੇ ਆ, ਦੂਰ ਕਰ ਦਿੰਦੇ ਆ। ਪਰ ਜੇ ਇੱਕ ਦਾਇਰਾ ਹੀ ਲੈ ਕੇ ਬੈਠਾਂਗੇ ਅਸੀਂ ਤਾਂ ਫਿਰ ਅਸੀਂ ਸਮਝਦੇ ਹੋ ਕਿ ਨਹੀਂ, ਫਿਰ ਅਸੀਂ ਉਹਨਾਂ ਕੀ ਹਾਸਲ ਕਰ ਪਾਵਾਂਗੇ। ਇਸ ਲਈ ਕਬੀਰ ਸਾਹਿਬ ਨੇ ਜੋ ਗੱਲ ਕਹੀ ਬੜੀ ਪਿਆਰੀ ਕਹੀ, ਫਿਰ ਦੁਹਰਾਵਾਂਗੇ ਇਹ ਸ਼ਬਦ ਕਿ ਕਬੀਰਾ ਸੰਗਤ ਸੰਤ ਕੀ ਜੂ ਚੰਦਨ ਕੀ ਬਾਸ। ਉਹ ਕਹਿੰਦੇ ਸੰਤਾਂ ਦੀ ਸੰਗਤ ਤਾਂ ਚੰਦਨ ਦੀ ਖੁਸ਼ਬੂ ਦੀ ਤਰ੍ਹਾਂ ਹੈ। ਇਸ ਲਈ ਜੇ ਸੰਤਾਂ ਦੇ ਕੋਲ ਜਾ ਕੇ ਬੈਠੇਗਾ ਤਾਂ ਜਿੱਦਾਂ ਕੜਵੀ ਨੇ ਉੱਥੇ ਬੈਠਣ ਨਾਲ ਮਿੱਠੀ ਹੋ ਗਈ, ਇਸੇ ਤਰ੍ਹਾਂ ਇਹ ਪਿਆਰਿਆ ਅਗਰ ਤੂੰ ਵਿਸ਼ਵਾਸ ਨਾਲ ਜਾਏਗਾ, ਯਕੀਨ ਨਾਲ ਜਾ ਕੇ ਬੈਠੇਗਾ, ਆਪਣੇ ਮਨ ਦੀ ਤਾਰ ਨੂੰ ਜੋੜ ਦੇਵੇਗਾ, ਤਾਂ ਤੇਰੇ ਜੀਵਨ 'ਚ ਅੱਜ ਅਗਰ ਕੜਵਾਹਟ ਹੈ ਚਿੰਤਾਵਾਂ ਦੀ, ਦੁੱਖਾਂ ਦੀ, ਪਰੇਸ਼ਾਨੀਆਂ ਦੀ, ਕਿਉਂਕਿ ਇਨਸਾਨ ਦੇ ਜੀਵਨ 'ਚ ਕਈ ਪਰੇਸ਼ਾਨੀਆਂ, ਕਈ ਤਕਲੀਫਾਂ, ਕਈ ਦੁੱਖ ਹੁੰਦੇ ਹੈ,
ਜਿਹਨਾਂ ਕਰਕੇ ਇਨਸਾਨ ਨੂੰ ਆਪਣੀ ਜ਼ਿੰਦਗੀ ਬੇਸਵਾਦ ਲੱਗਦੀ ਹੈ। ਬੰਦਾ ਕਹਿੰਦਾ ਜ਼ਿੰਦਗੀ 'ਚ ਰਸ ਹੀ ਕੋਈ ਹੈ ਨਹੀਂ, ਜ਼ਿੰਦਗੀ 'ਚ ਮਜ਼ਾ ਹੀ ਕੋਈ ਹੈ ਨਹੀਂ, ਹਰ ਤਰਫ ਕੜਵਾਹਟ ਹੈ, ਹਰ ਤਰਫ ਦੁੱਖ ਹੈ, ਪੀੜਾ ਹੈ। ਤਾਂ ਉਸ ਵੇਲੇ ਕਬੀਰ ਸਾਹਿਬ ਕਹਿੰਦੇ ਤੇਰੇ ਜੀਵਨ ਦੀ ਕੜਵਾਹਟ ਦੂਰ ਹੋ ਸਕਦੀ ਹੈ ਫਕੀਰਾਂ ਦੀ ਸੋਭਤ 'ਚ ਬੈਠਣ ਨਾਲ, ਸੰਤਾਂ ਗੁਰੂਆਂ ਰਹਿਬਰਾਂ ਦੇ ਕੋਲ ਜਾ ਕੇ ਬੈਠਣ ਨਾਲ। ਇਸੇ ਲਈ ਤਾਂ ਦੂਜੇ ਲਫ਼ਜ਼ਾਂ 'ਚ ਵੀ ਕਬੀਰ ਸਾਹਿਬ ਦੱਸਦੇ ਹੈ। ਅੱਜ ਅਸੀਂ ਦੋ ਤਿੰਨ ਪੁਆਇੰਟ ਦੱਸਣੇ ਆ ਜਿਹਨਾਂ ਤੁਹਾਡੀ ਜ਼ਿੰਦਗੀ 'ਚ ਬਦਲਾਵ ਆ ਸਕਦਾ ਹੈ, ਜਿਹਨਾਂ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ। ਅਗਰ ਅੱਜ ਤੁਹਾਡੇ ਜੀਵਨ 'ਚ ਦੁੱਖਾਂ ਦੀ ਕੜਵਾਹਟ ਹੈ ਤਾਂ ਤੁਹਾਡੀ ਜ਼ਿੰਦਗੀ ਵੀ ਮਿੱਠੀ ਹੋ ਸਕਦੀ ਹੈ, ਤੁਹਾਡੇ ਜੀਵਨ 'ਚ ਵੀ ਖੁਸ਼ੀਆਂ ਆ ਸਕਦੀਆਂ ਹੈ। ਕਿਉਂਕਿ ਖੁਸ਼ੀਆਂ ਕਿਤੇ ਬਾਹਰ ਨਹੀਂ ਹੈ, ਉਹ ਖੁਸ਼ੀਆਂ ਦੇਣ ਵਾਲਾ ਦਾਤਾ ਤੁਹਾਡੇ ਅੰਦਰ ਹੀ ਬੈਠਾ ਹੈ, ਬਸ ਉਹਨੂੰ ਸਮਝਣਾ ਥੋੜ੍ਹਾ ਜਿਹਾ। ਤਾਂ ਹੀ ਅਸੀਂ ਚਾਹੁੰਦੇ ਕਿ ਤੁਹਾਡੀ ਇਹ ਸੋਚ ਦੀ ਜੜ, ਇਹ ਤੁਹਾਡੇ ਸੋਚ ਦੀ ਜੜ ਉਸ ਪਰਮਾਤਮਾ ਨਾਲ, ਉਹ ਸ਼ਕਤੀ ਨਾਲ ਜੁੜੇ ਜੋ ਤੁਹਾਨੂੰ ਜ਼ਿੰਦਗੀ ਦੇਣ ਵਾਲੀ ਹੈ। ਕਿਉਂਕਿ ਜਦੋਂ ਅਸੀਂ ਆਪਣੀ ਸੋਚ ਨੂੰ ਆਹ ਦੁਨੀਆ ਵੱਲ ਲੈ ਜਾਂਦੇ ਹਾਂ, ਆਹ ਵਹਿਮਾਂ ਭਰਮਾਂ ਵੱਲ ਲੈ ਜਾਂਦੇ ਹਾਂ, ਜਾਦੂ ਟੂਣਿਆਂ ਵੱਲ ਲੈ ਜਾਂਦੇ ਹਾਂ ਕਿ ਕੋਈ ਮੇਰੇ 'ਤੇ ਜਾਦੂ ਕਰ ਰਿਹਾ, ਕੋਈ ਟੂਣਾ ਕਰ ਰਿਹਾ ਹੈ, ਕੋਈ ਮੇਰੀ ਜ਼ਿੰਦਗੀ ਨੂੰ ਖਰਾਬ ਕਰ ਰਿਹਾ, ਤਾਂ ਫਿਰ ਸਾਡੇ ਜੀਵਨ 'ਚ ਦੁੱਖ ਆਉਂਦੇ ਹੈ। ਪਰ ਜਦੋਂ ਅਸੀਂ ਆਪਣੀ ਸੋਚ ਦੀ ਜੜ ਨੂੰ ਆਪਣੇ ਜਨਮਦਾਤਾ ਪਰਮਾਤਮਾ ਨਾਲ ਜੋੜ ਦਿੰਦੇ ਤਾਂ ਸਾਡੇ ਜੀਵਨ ਦੇ ਸਾਰੇ ਵਹਿਮ ਭਰਮ ਖਤਮ ਹੋ ਜਾਂਦੇ ਔਰ ਸਾਡੇ ਜੀਵਨ 'ਚ ਖੁਸ਼ੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹੈ। ਇਸ ਲਈ ਕਬੀਰ ਸਾਹਿਬ ਨੇ ਇੱਕ ਜਗ੍ਹਾ ਹੋਰ ਵੀ ਬੜਾ ਪਿਆਰਾ ਦੱਸਿਆ ਹੈ। ਕਬੀਰ ਸਾਹਿਬ ਕਹਿੰਦੇ ਕਿ ਚੰਦਨ ਸਮ ਬਣ ਕੇ ਰਹੋ ਸਰ ਪੇ ਸਮ ਸੰਸਾਰ। ਇਹ ਵੀ ਗੱਲ ਬੜੀ ਸਮਝਣ ਵਾਲੀ ਹੈ। ਕਹਿੰਦੇ ਅਗਰ ਦੁਨੀਆ 'ਤੇ ਬਣ ਕੇ ਰਹਿਣਾ ਨਾ, ਚੰਦਨ ਦੀ ਤਰ੍ਹਾਂ ਬਣ ਕੇ ਰਹਿ, ਔਰ ਇਹ ਸੰਸਾਰ ਇਹ ਸਰਪ ਦੇ ਸਮਾਨ ਹੈ, ਪਰ ਤੂੰ ਬਣਨਾ ਹੈ ਚੰਦਨ ਦੀ ਤਰ੍ਹਾਂ। ਕਿਉਂ ਕਿ ਚੰਦਨ ਸਮ ਬਣ ਕੇ ਰਹੋ ਸਰ ਪੇ ਸਮ ਸੰਸਾਰ, ਤਾਂ ਕਿ ਅੰਗ ਲਿਪਟਾ ਰਹੇ ਮਨ ਮੇ ਨਹੀਂ ਵਿਕਾਰ। ਕਹਿੰਦੇ ਸੱਪ ਹਮੇਸ਼ਾ ਚੰਦਨ ਨਾਲ ਲਿਪਟਿਆ ਰਹਿੰਦਾ ਹੈ। ਇੱਕ ਚੰਦਨ ਦੇ ਪੇੜ 'ਤੇ ਕਈ ਸੱਪ ਲਿਪਟੇ ਰਹਿੰਦੇ ਹੈ, ਪਰ ਫਿਰ ਵੀ ਉਹ ਚੰਦਨ ਕਦੀ ਆਪਣੀ ਸ਼ੀਤਲਤਾ, ਆਪਣੀ ਮਹਿਕ ਨੂੰ ਨਹੀਂ ਛੱਡਦਾ। ਹਾਲਾਂਕਿ ਸੱਪ ਕਿੰਨੇ ਵਿਸ਼ ਭਰੇ ਹੁੰਦੇ ਹੈ, ਉਸ ਸੱਪਾਂ ਦੇ ਵਿਸ਼ ਦਾ, ਸੱਪਾਂ ਦੀ ਬੁਰਾਈ ਦਾ ਚੰਦਨ ਦੇ ਉੱਪਰ ਕੋਈ ਅਸਰ। ਕਿ ਅਗਰ ਦੁਨੀਆਂ 'ਚ ਤੂੰ ਵੀ ਰਹਿਣਾ ਹੈ ਤਾਂ ਕਬੀਰ ਸਾਹਿਬ ਕਹਿੰਦੇ ਕਿ ਦੁਨੀਆਂ 'ਚ ਤੈਨੂੰ ਵੀ ਬਹੁਤ ਇੱਦਾਂ ਦੇ ਮਿਲਣਗੇ, ਕਿਉਂਕਿ ਦੁਨੀਆਂ ਦੇ ਵਿਸ਼ੇ ਵੀ ਬਹੁਤ ਹੈ, ਵਿਕਾਰ ਵੀ ਬਹੁਤ ਹੈ। ਵਿਸ਼ ਸੱਪ ਦੇ ਅੰਦਰ ਕੀ ਹੁੰਦਾ ਹੈ? ਵਿਸ਼ ਕਹਿੰਦੇ ਆ ਜ਼ਹਿਰ ਨੂੰ। ਇਸੇ ਤਰ੍ਹਾਂ ਦੁਨੀਆਂ 'ਚ ਕੀ ਹੈ? ਵਿਸ਼, ਵਿਸ਼ੇ, ਵਾਸਨਾਵਾਂ, ਬੁਰਾਈਆਂ, ਬੁਰੀਆਂ ਆਦਤਾਂ, ਜੋ ਕਿ ਤੇਰੇ ਜੀਵਨ ਨੂੰ ਖਤਮ ਕਰਨ ਵਾਲੀਆਂ ਹੈ। ਪਰ ਉੱਥੇ ਤੂੰ ਵੀ ਚੰਦਨ ਦੀ ਤਰ੍ਹਾਂ ਬਣ ਕੇ ਰਹਿਣਾ ਹੈ ਕਿ ਤੇਰੇ ਚਾਰੋਂ ਤਰਫ ਮਾਹੌਲ ਜੈਸਾ ਮਰਜ਼ੀ ਹੋਵੇ, ਤੇਰੇ ਚਾਰੋਂ ਤਰਫ ਵਾਤਾਵਰਨ ਜੈਸਾ ਮਰਜ਼ੀ ਹੋਵੇ, ਪਰ ਇਹ ਬੁਰਾਈਆਂ ਦਾ, ਵਾਤਾਵਰਨ ਦਾ ਅਸਰ ਤੇਰੇ ਜੀਵਨ 'ਤੇ ਕਹਿ ਦਿਓ। ਹੁਣ ਕਈ ਵਾਰ ਬੰਦਾ ਕਵੇ ਜੀ ਮੈਂ ਇੱਦਾਂ ਦੇ ਮਾਹੌਲ 'ਚ ਰਹਿੰਦਾ ਜਿੱਥੇ ਚਾਰੋਂ ਪਾਸੇ ਸ਼ਰਾਬ ਚੱਲਦੀ ਹੈ, ਤਾਂ ਭਾਈ ਹੁਣ ਸਮਝ ਲੈ ਵਿਸ਼ ਹੈ, ਇਹ ਵਿਸ਼ੇ ਹੈ ਚਾਰੋਂ ਤਰਫ, ਪਰ ਮੈਂ ਇਹਨਾਂ ਵਿਸ਼ਿਆਂ ਵਿੱਚ ਰਹਿ ਕੇ ਇਹ ਵਿਸ਼ ਪੀ ਕੇ ਆਪਣਾ ਜੀਵਨ ਤਬਾਹ ਨਹੀਂ ਕਰਨਾ, ਬਲਕਿ ਮੈਂ ਇਹਨਾਂ ਵਿਸ਼ਿਆਂ ਵਿੱਚ ਰਹਿ ਕੇ ਆਪਣੇ ਆਪ ਨੂੰ ਚੰਦਨ ਦੀ ਤਰ੍ਹਾਂ ਬਣਾਉਣਾ, ਤਾਂ ਕਿ ਵਿਸ਼ ਦਾ ਅਸਰ ਮੇਰੇ 'ਤੇ ਨਾ ਹੋਵੇ, ਔਰ ਮੇਰੇ ਅੰਦਰ ਜਿਹੜੀ ਅੱਛਾਈ ਦੀ ਮਹਿਕ ਹੈ, ਪ੍ਰੇਮ ਦੀ ਮਹਿਕ ਹੈ, ਉਹ ਇਸੇ ਤਰ੍ਹਾਂ ਆਉਂਦੀ ਰਹੇ, ਤਾਂ ਕਿ ਦੁਨੀਆਂ 'ਤੇ ਮਿਸਾਲ ਬਣੇ ਕਿ ਦੇਖੋ ਇਹ ਇਨਸਾਨ ਬੁਰਾਈ ਦੇ ਵਿੱਚ ਰਹਿ ਕੇ ਵੀ, ਮਾੜੀ ਜਗ੍ਹਾ ਬੈਠ ਕੇ ਵੀ, ਜਿੱਦਾਂ ਕਮਲ ਦੀ ਮਿਸਾਲ ਕੀ ਹੁੰਦੀ ਹੈ ਕਿ ਚਿੱਕੜ ਵਿੱਚ ਰਹਿ ਕੇ ਵੀ ਉਹ ਨਿਰਲੇਪ ਰਹਿੰਦਾ ਹੈ। ਇਸੇ ਲਈ ਤਾਂ ਕਮਲ ਨੂੰ ਭਗਵਾਨ ਦੇ ਨਾਲ ਜੋੜਿਆ ਜਾਂਦਾ ਹੈ। ਤਾਂ ਹੀ ਤਾਂ ਤੁਸੀਂ ਕਿਸੇ ਵੀ ਦੇਵੀ ਦੇਵਤਾ ਦੀ ਤਸਵੀਰ ਦੇਖ ਲਓ, ਕਮਲ ਦਾ ਫੁੱਲ ਉਹਨਾਂ ਦੇ ਹੱਥ 'ਚ ਹੋਏਗਾ ਜਾਂ ਪੈਰਾਂ 'ਚ ਹੋਏਗਾ। ਔਰ ਜੇ ਇਨਸਾਨ ਦੇ ਅੰਦਰਲੀ ਗੱਲ ਵੀ ਕੀਤੀ ਰਿਸ਼ੀਆਂ ਮੁਨੀਆਂ ਨੇ, ਤਾਂ ਉਹਨਾਂ ਨੇ ਵੀ ਕਿਹਾ ਕਿ 7 ਚੱਕਰ ਤੇਰੇ ਅੰਦਰ ਹੈ ਜਿਹਨਾਂ ਨੂੰ ਕਮਲ ਦੀ ਉਪਮਾ ਦਿੱਤੀ ਗਈ ਹੈ, ਔਰ ਸਭ ਤੋਂ ਬੜਾ ਕਰਾਊਨ ਚੱਕਰ ਆ, ਸਹਸਦਲ ਕਮਲ, ਹਜ਼ਾਰ ਪੰਖੜੀਆਂ ਕਮਲ। ਉਹ ਕਹਿੰਦੇ ਕਮਲ ਤੇਰੇ ਅੰਦਰ ਹੈ, ਬਸ ਜ਼ਰੂਰਤ ਹੈ ਤੈਨੂੰ ਵਿਸ਼ੇ ਵਿਕਾਰਾਂ ਬੁਰਾਈਆਂ ਤੋਂ
ਆਪਣੇ ਆਪ ਨੂੰ ਬਚਾਉਣ ਲਈ। ਸਮਝਦੇ ਹੋ ਗਏ? ਇਹ ਦੱਸਣਾ ਕੀ ਚਾਹੁੰਦੇ ਹਾਂ ਅਸੀਂ ਕਿ ਇੱਥੇ ਇਹ ਚੀਜ਼ ਦਾ ਖਿਆਲ ਰੱਖਣਾ ਕਿ ਅਗਰ ਅਸੀਂ ਰੱਬ ਦੀਆਂ ਰਹਿਮਤਾਂ ਨੂੰ ਪਾਉਣਾ ਹੈ, ਅਗਰ ਅਸੀਂ ਖੁਸ਼ੀਆਂ ਨੂੰ ਪਾਉਣਾ ਹੈ, ਕਾਮਯਾਬੀ ਨੂੰ ਪਾਉਣਾ ਹੈ, ਤਾਂ ਉਹਦੇ ਵਾਸਤੇ ਜਿਸ ਤਰ੍ਹਾਂ ਜੀਸਸ ਕ੍ਰਾਈਸਟ ਨੇ ਬੜੀ ਪਿਆਰੀ ਗੱਲ ਕਹੀ ਹੈ, ਕਿਸੇ ਨੇ ਪੁੱਛਿਆ ਕਿ ਹੇ ਜੀਸਸ, ਰੱਬ ਤੱਕ ਗੋਡ ਤੱਕ ਜਾਣ ਦਾ ਰਸਤਾ ਕਿਹੜਾ ਹੈ? ਆਪਾਂ ਪੜ੍ਹਦੇ ਹਾਂ ਨਾ ਕਿ ਜਿਨ ਪ੍ਰੇਮ ਕੀ ਉਹ ਯਾਗ ਨਹੀਂ ਗੁਰਬਾਣੀ ਅੰਦਰ ਗੁਰੂਆਂ ਨੇ ਕਿ ਪਰਮਾਤਮਾ ਤੱਕ ਜਾਣ ਦਾ ਮਾਰਗ ਪ੍ਰੇਮ ਹੈ। ਪਰ ਜਦੋਂ ਜੀਸਸ ਕ੍ਰਾਈਸਟ ਨੂੰ ਪੁੱਛਿਆ ਤਾਂ ਜੀਸਸ ਕ੍ਰਾਈਸਟ ਨੇ ਬੜਾ ਪਿਆਰਾ ਜਵਾਬ ਦਿੱਤਾ ਕਿ ਪਰਮਾਤਮਾ ਤੱਕ ਜਾਣ ਦਾ ਮਾਰਗ ਕਿਹੜਾ ਹੈ? ਜ਼ਰਾ ਸਮਝ ਲਓ, ਅਗਰ ਤੁਸੀਂ ਵੀ ਉਸ ਪ੍ਰਭੂ ਨੂੰ ਪਾਉਣਾ ਚਾਹੁੰਦੇ ਹੋ ਤਾਂ ਫਿਰ ਇੱਕ ਗੱਲ ਯਾਦ ਰੱਖਣਾ ਕਿ ਜੇ ਬੰਦਾ ਸੋਚੇ ਕਿ ਇਕੱਲਾ ਮਾਲਾ ਫੇਰਨ ਨਾਲ ਹੀ ਮੈਨੂੰ ਰੱਬ ਮਿਲ ਜਾਏਗਾ, ਤਾਂ ਮਾਲਾ ਫੇਰਨ ਨਾਲ ਹੀ ਰੱਬ ਨਹੀਂ ਮਿਲਣਾ। ਜਿੱਦਾਂ ਅਸੀਂ ਬੁੱਲੇ ਸ਼ਾਹ ਦੀ ਗੱਲ ਦੱਸੀ ਨਾ, ਕਿਸੇ ਰੋਂਦੇ ਨੂੰ ਹਸਾਇਆ ਏ ਤੇ ਦੱਸਦਾ, ਕਿਸੇ ਭੁੱਖੇ ਨੂੰ ਰਜ਼ਾਇਆ ਏ ਤੇ ਦੱਸਦਾ, ਕਦੀ ਜ਼ਖਮੀ ਕਿਸੇ ਦਾ ਫੱਟ ਨਹੀਂ ਸੀਤਾ, ਐਵੀਂ ਫੇਰੀ ਤੂੰ ਤਸਵੀ ਕੱਖ। ਕਹਿੰਦੇ ਤਸਵੀਆਂ ਫੇਰਨ ਨਾਲ ਹੀ ਰੱਬ ਨਹੀਂ ਮਿਲਦਾ, ਉਹਦੇ ਵਾਸਤੇ ਤੈਨੂੰ ਆਪਣੀ ਜ਼ਿੰਦਗੀ ਨੂੰ ਐਸਾ ਬਣਾਉਣਾ ਪੈਂਦਾ ਕਿ ਕਿਸੇ ਰੋਂਦੇ ਨੂੰ ਹਸਾਉਣਾ ਵੀ ਜ਼ਰੂਰੀ ਹੈ। ਯਾਨੀ ਅਗਰ ਕੋਈ ਰੋ ਰਿਹਾ, ਕੋਈ ਦੁੱਖ ਵਿੱਚ ਹੈ, ਔਰ ਤੇਰੇ ਉਹਦੇ ਨਾਲ ਖੜਨ ਦੇ ਨਾਲ, ਉਹਦਾ ਹਾਲ ਚਾਲ ਪੁੱਛਣ ਨਾਲ, ਉਹਦੀ ਹੈਲਪ ਕਰਨ ਨਾਲ ਅਗਰ ਉਹ ਰੋਂਦਾ ਹੱਸ ਪੈਂਦਾ ਹੈ, ਤਾਂ ਸਮਝ ਲੈ ਇਹ ਅਸਲੀ ਇਬਾਦਤ ਹੈ। ਕਿਸੇ ਰੋਂਦੇ ਨੂੰ ਹਸਾਇਆ ਹੈ ਤਾਂ, ਕਿਸੇ ਭੁੱਖੇ ਨੂੰ ਰਜਾਇਆ ਹੈ ਤੇ ਦੱਸਦਾ। ਕਦੀ ਕਿਸੇ ਭੁੱਖੇ ਦਾ ਪੇਟ ਭਰਿਆ? ਬੰਦਾ ਕਹੇ ਮੈਂ ਨਹੀਂ ਪਰਵਾਹ ਕਰਦਾ ਭੁੱਖਿਆਂ ਦੀ, ਮੈਂ ਨਹੀਂ ਪਰਵਾਹ ਕਰਦਾ ਦੁਖੀਆਂ ਦੀ, ਕਿਉਂਕਿ ਮੈਂ ਤਾਂ ਹਰ ਵੇਲੇ ਬਹਿ ਕੇ ਰੱਬ ਦਾ ਨਾਂ ਲੈ ਰਿਹਾ, ਤਾਂ ਇੱਦਾਂ ਰੱਬ ਖੁਸ਼ ਨਹੀਂ ਹੁੰਦਾ ਕਦੀ ਵੀ, ਕਿਉਂਕਿ ਅਸਲ ਇਬਾਦਤ ਉਸ ਖੁਦਾ ਦੀ ਕੰਮ ਬੰਦੇ ਦੇ ਹੋਣਾ। ਕਹਿੰਦੇ ਰੱਬ ਦੀ ਅਸਲੀ ਇਬਾਦਤ ਇਹ ਵੀ ਹੈ ਕਿ ਇੱਕ ਦੂਜੇ ਦੇ ਕੰਮ ਆਈਏ, ਅਸੀਂ ਇੱਕ ਦੂਜੇ ਨੂੰ ਅੱਗੇ ਵਧਣ 'ਚ ਹੈਲਪ ਕਰੀਏ, ਇੱਕ ਦੂਜੇ ਦੇ ਜੀਵਨ ਦੇ ਦੁੱਖਾਂ ਨੂੰ ਦੂਰ ਕਰਨ 'ਚ ਉਹਦੀ ਸਹਾਇਤਾ ਕਰੀਏ, ਅਗਰ ਕੋਈ ਗਿਰਿਆ ਹੋਇਆ ਤਾਂ ਬਾਂਹ ਫੜ ਕੇ ਇਹਨੂੰ ਉਠਾਈਏ, ਇਹ ਵੀ ਅਸਲੀ ਕਹਿ ਦਿਓ। ਅੱਜ ਤੁਹਾਨੂੰ ਦੱਸਿਆ ਤੁਸੀਂ ਥੋੜ੍ਹਾ ਜ਼ਿਆਦਾ ਬੋਲਣਾ ਹੈ, ਕਿਉਂਕਿ ਪਿਛਲੇ ਕੁਛ ਦਿਨਾਂ ਤੋਂ ਸਾਡਾ ਗਲਾ ਨਾ, ਇਸ ਲਈ ਅੱਜ ਤੁਸੀਂ ਥੋੜ੍ਹੀ ਆਵਾਜ਼ ਦੇਣੀ ਹੈ ਕਿ ਕਿਸੇ ਰੋਂਦੇ ਨੂੰ ਹੱਸ ਕੇ ਦਿਖਾ ਦਿਓ ਫਿਰ, ਤਾਂ ਕਿ ਅਸੀਂ ਤਾਂ ਕਹਿ ਸਕੀਏ ਅਸੀਂ ਇੰਨਿਆਂ ਨੂੰ ਹਸਾਇਆ। ਸਮਝਦੇ ਹੋ? ਇਸ ਕਰਕੇ ਤਾਂ ਹੀ ਤਾਂ ਕਹੀਦਾ ਖੁਸ਼ ਰਹੋ, ਆਨੰਦ ਲਓ ਜ਼ਿੰਦਗੀ 'ਚ, ਕਿਉਂਕਿ ਇਹ ਫਿਰ ਕਹਾਂਗੇ ਜਦੋਂ ਜੀਸਸ ਕ੍ਰਾਈਸਟ ਨੂੰ ਪੁੱਛਿਆ ਕਿ ਪਰਮਾਤਮਾ ਤੱਕ ਜਾਣ ਦਾ ਰਸਤਾ ਕਿਹੜਾ ਹੈ, ਤਾਂ ਉਸ ਵੇਲੇ ਜੀਸਸ ਕ੍ਰਾਈਸਟ ਨੇ ਦੱਸਿਆ ਦਾ ਪਾਥ ਆਫ ਗੋਡ, ਦਾ ਪਾਥ ਆਫ ਗੋਡ, ਕੰਪੈਸ਼ਨ, ਪਿਓਰਿਟੀ, ਲਵ ਐਂਡ ਫੇਥ। ਉਹ ਕਹਿੰਦੇ ਰੱਬ ਤੱਕ ਜਾਣ ਦਾ, ਗੋਡ ਤੱਕ ਜਾਣ ਦਾ ਰਸਤਾ ਇਹ ਚਾਰ ਸਟੈਪਾਂ 'ਚ ਹੋ ਕੇ ਗੁਜ਼ਰਦਾ ਹੈ। ਕਿਹੜਾ ਕਿਹੜਾ? ਉਹਨਾਂ ਨੇ ਕਿਹਾ ਕੰਪੈਸ਼ਨ, ਕੰਪੈਸ਼ਨ ਦਾ ਮਤਲਬ ਹੁੰਦਾ ਕਰੁਣਾ, ਕਿ ਸਾਡੇ ਅੰਦਰ ਕਰੁਣਾ ਦਾ ਭਾਵ ਹੋਣਾ ਜ਼ਰੂਰੀ ਹੈ। ਔਰ ਕਰੁਣਾ ਕਿਹਨੂੰ ਕਹਿੰਦੇ ਆ? ਕਿ ਮੈਂ ਕਿਸੇ ਦਾ ਦੁੱਖ ਦੇਖ, ਮੈਂ ਕਿਸੇ ਨੂੰ ਤਕਲੀਫ 'ਚ ਦੇਖ, ਕੋਈ ਰੋ ਰਿਹਾ ਹੈ ਤਾਂ ਮੈਂ ਉਹਨੂੰ ਰੋਂਦਾ ਨਹੀਂ, ਜੇ ਮੇਰੀ ਹਿੰਮਤ ਹੈ, ਮੇਰੀ ਹੈਸੀਅਤ ਹੈ, ਮੇਰੀ ਤਾਕਤ ਹੈ ਕਿ ਮੈਂ ਉਹਦੇ ਆਂਸੂ ਪਹੁੰਚ ਸਕਦਾ, ਤਾਂ ਮੈਨੂੰ ਉਹਦੇ ਆਂਸੂ ਜ਼ਰੂਰ ਪਹੁੰਚਣੇ ਸਾਫ਼ ਕਰਨੇ ਚਾਹੀਦੇ। ਜੇ ਮੇਰੀ 'ਚ ਹਿੰਮਤ ਹੈ ਕਿ ਮੈਂ ਉਹਦਾ ਹੱਥ ਫੜ ਕੇ ਉਹਨੂੰ ਦੁੱਖਾਂ 'ਚੋਂ ਕੱਢ ਸਕਦਾ ਹੈ, ਤਾਂ ਮੈਨੂੰ ਉਹ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ। ਇਹ ਕਰੁਣਾ ਹੁੰਦੀ ਹੈ। ਇਹ ਲਈ ਕਹਿੰਦੇ ਈਸ਼ਵਰ ਤੱਕ ਜਾਣ ਦਾ ਮਾਰਗ ਕਰੁਣਾ ਤੋਂ ਸਟਾਰਟ ਹੁੰਦਾ ਹੈ, ਕਿ ਸਾਡੇ ਅੰਦਰ ਸਭ ਦੇ ਪ੍ਰਤੀ ਦਇਆ ਹੋਣੀ ਚਾਹੀਦੀ ਹੈ, ਕਿਸੇ ਦੇ ਪ੍ਰਤੀ ਵੀ ਕਠੋਰਤਾ ਨਹੀਂ ਹੋਣੀ ਚਾਹੀਦੀ। ਇਸ ਲਈ ਪਹਿਲਾ ਕੀ ਕਿਹਾ ਉਹਨਾਂ ਨੇ? ਦਾ ਪਾਥ ਆਫ ਗੋਡ, ਕੰਪੈਸ਼ਨ, ਔਰ ਦੂਸਰਾ ਕਿਹਾ ਪਿਓਰਿਟੀ। ਪਿਓਰਿਟੀ ਕਿਹਨੂੰ ਕਹਿੰਦੇ ਆ? ਪੂਰੀ ਤਰ੍ਹਾਂ ਪਵਿੱਤਰਤਾ, ਜਿੱਦਾਂ ਕੋਈ ਚੀਜ਼ ਕਹਿੰਦੇ ਨਾ ਪਿਓਰ, ਇਹ ਦੇਸੀ ਘਿਓ ਪਿਓਰ ਹੈ, ਇਹ 'ਚ ਮਿਲਾਵਟ ਕੋਈ ਨਹੀਂ ਹੈ। ਉਹ ਕਹਿੰਦੇ ਤੇਰਾ ਹਿਰਦਾ ਪਵਿੱਤਰ ਹੋਣਾ ਚਾਹੀਦਾ ਹੈ, ਤੇਰੇ ਹਿਰਦੇ 'ਚ ਕਿਸੇ ਪ੍ਰਤੀ ਕੋਈ ਮੈਲ
ਕਿਸੇ ਪ੍ਰਤੀ ਕੋਈ ਬੁਰੀ ਭਾਵਨਾ, ਕਿਸੇ ਪ੍ਰਤੀ ਨਫ਼ਰਤ ਕ੍ਰੋਧ, ਕਿਉਂਕਿ ਤੇਰਾ ਦਿਲ ਪਿਓਰ ਚਾਹੀਦਾ ਹੈ, ਕਿਉਂਕਿ ਜਿਹਨਾਂ ਦੇ ਅੰਦਰ ਕਰੁਣਾ ਹੈ, ਦਇਆ ਹੈ, ਔਰ ਜਿਹਨਾਂ ਦਾ ਦਿਲ ਸਾਫ਼ ਹੈ। ਔਰ ਫਿਰ ਅੱਗੇ ਕੀ ਕਿਹਾ ਕਿ ਕੰਪੈਸ਼ਨ, ਪਿਓਰਿਟੀ, ਫੇਥ ਐਂਡ ਲਵ, ਇਹ ਚਾਰ ਚੀਜ਼ਾਂ ਗਈਆਂ। ਫੇਥ ਦਾ ਮਤਲਬ ਵਿਸ਼ਵਾਸ, ਕਿ ਸਾਡੇ ਅੰਦਰ ਉਹ ਰੱਬ 'ਤੇ ਵਿਸ਼ਵਾਸ ਹੋਣਾ ਵੀ ਜ਼ਰੂਰੀ ਹੈ, ਉਹ 'ਤੇ ਯਕੀਨ ਹੋਣਾ ਵੀ। ਔਰ ਚੌਥੀ ਚੀਜ਼ ਕਹੀ ਪਿਆਰ, ਕਿ ਸਾਡੇ ਅੰਦਰ ਪਿਆਰ ਦਾ ਹੋਣਾ ਵੀ। ਹੁਣ ਜ਼ਰਾ ਸੋਚੋ, ਹੁਣ ਚੈੱਕ ਕਰੋ ਕਿ ਅਗਰ ਇਹ ਚਾਰ ਹੀ ਗੁਣ ਸਾਡੇ ਅੰਦਰ ਹੈ ਤਾਂ ਇਹਦਾ ਮਤਲਬ ਹੈ ਅਸੀਂ ਰੱਬ ਦੇ ਰਸਤੇ 'ਤੇ ਚੱਲ ਰਹੇ ਹਾਂ। ਤਾਂ ਜੇ ਸਾਡੇ ਅੰਦਰ ਇੱਕ ਵੀ ਪੁਆਇੰਟ ਮਿਸ ਹੈ, ਇੱਕ ਵੀ ਚੀਜ਼ ਘੱਟ ਹੈ, ਤਾਂ ਅੱਜ ਤੋਂ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਕਿ ਇਹ ਕਮੀ ਨੂੰ ਅਸੀਂ ਪੂਰਾ ਕਰਨਾ। ਸਮਝਦੇ ਹੋ ਕਿ ਨਹੀਂ? ਇਹ ਲੈ ਚੈੱਕ ਕਰੋ ਥੋੜ੍ਹਾ ਆਪਣੇ ਆਪ ਨੂੰ। ਜਿੱਦਾਂ ਇਹ ਚੈੱਕ ਕਰਦੇ ਹੋ ਨਾ, ਮੇਰੇ ਘਰ 'ਚ ਖੰਡ ਕਿੰਨੀ ਰਹਿ ਗਈ ਹੈ, ਆ ਮੇਰੇ ਘਰ 'ਚ ਦਾਣੇ ਕਿੰਨੇ ਕੁ ਰਹਿ ਗਏ, ਚਾਵਲ ਕਿੰਨੇ ਕੁ ਰਹਿ ਗਏ ਹੈ, ਆ ਦਾਲ ਕਿੰਨੀ ਰਹਿ ਗਈ ਹੈ, ਜਾਂ ਮੋਬਾਈਲ 'ਚ ਬੈਲੈਂਸ ਕਿੰਨਾ ਰਹਿ ਗਿਆ, ਇਹ ਵੀ ਚੈੱਕ ਕਰਦੇ ਹੋ? ਕਰਦੇ ਹੋ ਕਿ ਨਹੀਂ? ਆ ਨੈੱਟ ਨਹੀਂ ਚੱਲਦਾ, ਬੈਲੈਂਸ ਕਿੰਨਾ ਕੁ ਰਹਿ ਗਿਆ, ਫਟਾਫਟ ਬੈਲੈਂਸ ਅਪਲੋਡ ਕਰਦੇ ਹਾਂ ਫਿਰ। ਆ ਖੰਡ ਥੋੜ੍ਹੀ ਰਹਿ ਗਈ, ਲੈ ਕੇ ਆਓ ਬਈ, ਕਿਤੇ ਖਤਮ ਨਾ ਹੋ ਜਾਵੇ। ਆ ਦੁੱਧ ਕਿੰਨਾ ਕੁ ਰਹਿ ਗਿਆ, ਜਿੱਦਾਂ ਅਸੀਂ ਦੁਨਿਆਵੀ ਚੀਜ਼ਾਂ ਚੈੱਕ ਕਰਦੇ ਹਾਂ। ਇਸੇ ਤਰ੍ਹਾਂ ਇਹ ਵੀ ਚੈੱਕ ਕਰਿਆ ਕਰੋ ਕਿ ਮੇਰੇ ਅੰਦਰ ਵਿਸ਼ਵਾਸ ਕਿੰਨਾ ਕੁ ਹੈ, ਮੇਰੇ ਅੰਦਰ ਕਰੁਣਾ ਕਿੰਨੀ ਕੁ ਹੈ, ਮੇਰੇ ਅੰਦਰ ਆਪਣੇ ਮਾਲਕ ਦੇ ਪ੍ਰਤੀ ਪਿਆਰ ਕਿੰਨਾ ਕੁ ਹੈ, ਔਰ ਮੇਰੇ ਅੰਦਰ ਪਿਓਰਿਟੀ ਕਿੰਨੀ ਕੁ ਹੈ। ਕਿਸੇ ਪ੍ਰਤੀ ਕੋਈ ਨਫ਼ਰਤ ਤਾਂ ਨਹੀਂ ਮੇਰੇ ਅੰਦਰ, ਕਿਸੇ ਪ੍ਰਤੀ ਕੋਈ ਜਲਨ ਤਾਂ ਨਹੀਂ, ਜੈਲਸ ਤਾਂ ਨਹੀਂ ਮੇਰੇ ਅੰਦਰ, ਕਿਸੇ ਪ੍ਰਤੀ ਕੋਈ ਬੁਰੀ ਭਾਵਨਾ ਤਾਂ ਨਹੀਂ ਮੇਰੇ ਅੰਦਰ। ਅਗਰ ਹੈ ਤਾਂ ਇਹਦਾ ਮਤਲਬ ਪਿਓਰਿਟੀ ਦੀ ਕਮੀ ਹੈ, ਔਰ ਮੈਨੂੰ ਹੁਣ ਚਾਹੀਦਾ ਹੈ, ਜਿੱਦਾਂ ਮੈਨੂੰ ਫਿਕਰ ਹੁੰਦੀ ਆਹ ਚੀਜ਼ ਘੱਟ ਰਹੀ, ਇਹਨੂੰ ਲੈ ਕੇ ਆਵਾਂ। ਇੱਦਾਂ ਅਗਰ ਮੇਰੇ ਅੰਦਰੋਂ ਵਿਸ਼ਵਾਸ ਘੱਟ ਹੈ ਤਾਂ ਵਿਸ਼ਵਾਸ ਨੂੰ ਵਧਾਵਾਂ। ਅਗਰ ਮੇਰੇ ਅੰਦਰ ਪ੍ਰੇਮ ਦੀ ਕਮੀ ਤਾਂ ਪ੍ਰੇਮ ਨੂੰ, ਔਰ ਇਹ ਵਾਧਾ ਕਿੱਦਾਂ ਹੈ, ਇਹ ਫਿਰ ਕਹਾਂਗੇ। ਇਨਸਾਨ ਕਹੇਗਾ ਵਿਸ਼ਵਾਸ ਕਿੱਦਾਂ ਵੱਧਦਾ ਹੈ, ਪ੍ਰੇਮ ਕਿੱਦਾਂ ਵੱਧਦਾ ਹੈ। ਤਾਂ ਇਹ ਨਾ, ਇਹ ਸਾਡਾ ਮਨ ਕੁਦਰਤ ਨੇ ਇੱਦਾਂ ਦਾ ਬਣਾਇਆ ਹੈ ਕਿ ਇਹਨੂੰ ਜਿੱਦਾਂ ਦੀ ਅਫਰਮੇਸ਼ਨ ਦੇਣੀ ਹੈ, ਅਸੀਂ ਜੋ ਅਸੀਂ ਦੁਹਰਾਉਣਾ ਆ, ਮਨ ਨੇ ਵੈਸਾ ਬਣਦੇ ਚਲੇ ਜਾਣਾ ਹੈ। ਇਸ ਲਈ ਤਾਂ ਮਹਾਤਮਾ ਬੁੱਧ ਨੇ ਕਿਹਾ ਵਟ ਵੀ ਥਿੰਕ ਵੀ ਬਿਕਮ, ਕਿ ਜੋ ਤੂੰ ਸੋਚਦਾ ਹੈ ਉਹੀ ਤੂੰ ਬਣਦਾ ਚਲਾ ਜਾਂਦਾ ਹੈ, ਉਹੀ ਤੇਰੇ ਨਾਲ ਹੁੰਦਾ ਚਲਾ ਜਾਂਦਾ ਹੈ। ਹੁਣ ਫਰਜ਼ ਕਰੋ ਤੁਸੀਂ ਸੋਚ ਦਿਓ ਮੇਰੇ ਅੰਦਰ ਵਿਸ਼ਵਾਸ ਹੈ ਨਹੀਂ, ਮੇਰੇ ਅੰਦਰ ਵਿਸ਼ਵਾਸ ਹੈ ਨਹੀਂ, ਤਾਂ ਇਹਦਾ ਮਤਲਬ ਤੁਸੀਂ ਆਪਣੇ ਮਨ 'ਤੇ ਬੇਵਿਸ਼ਵਾਸੀ ਦਾ ਰੰਗ ਚੜਾ ਰਹੇ ਹੋ। ਤਾਂ ਜੇ ਤੁਸੀਂ ਕਹਿਣਾ ਸ਼ੁਰੂ ਕਰੋ ਕਿ ਮੈਨੂੰ ਆਪਣੇ ਮਾਲਕ 'ਤੇ, ਆਪਣੇ ਪਰਮਾਤਮਾ 'ਤੇ, ਆਪਣੇ ਪ੍ਰਭੂ 'ਤੇ ਪੂਰਾ, ਅਗਰ ਇਨਸਾਨ ਇਹ ਦੁਹਰਾਵੇ ਤਾਂ ਇਨਸਾਨ ਦੇ ਮਨ 'ਚ ਵਿਸ਼ਵਾਸ ਵਧਣਾ ਸ਼ੁਰੂ ਹੋ ਜਾਂਦਾ ਹੈ। ਸਮਝਦੇ ਹੋ? ਕਿਉਂਕਿ ਇਹ ਗੱਲ ਹਮੇਸ਼ਾ ਯਾਦ ਰੱਖਣੀ। ਅਤੇ ਅਗਰ ਤੁਸੀਂ ਕਹਿੰਦੇ ਹੋ ਕਿ ਮੈਨੂੰ ਆਪਣੇ ਰੱਬ ਨਾਲ, ਆਪਣੇ ਮਾਲਕ ਨਾਲ, ਆਪਣੇ ਈਸ਼ਵਰ, ਆਪਣੇ ਭਗਵਾਨ ਨਾਲ ਬਹੁਤ, ਤਾਂ ਸਾਡੇ ਅੰਦਰ ਪਿਆਰ ਵਧਣਾ। ਹੁਣ ਕਿਸੇ ਨਾ ਬੰਦਾ ਪਿਆਰ ਜਦੋਂ ਕਰਦਾ ਨਾ ਅੰਦਰੋਂ, ਮੈਨੂੰ ਬਹੁਤ ਪਿਆਰ ਕਰਦਾ, ਮੈਨੂੰ ਬਹੁਤ ਪਿਆਰ ਕਰਦਾ, ਅੰਦਰੋਂ ਕਿਤੇ ਨਾ ਕਿਤੇ ਗੱਲ ਚੱਲਦੀ ਰਹਿੰਦੀ ਹੈ। ਉਹ ਜਦੋਂ ਗੱਲ ਚੱਲਦੀ ਰਹਿੰਦੀ ਤਾਂ ਉਹ ਮਨ ਦੇ ਉੱਤੇ ਐਸੀ ਛਾਪ ਪੈ ਜਾਂਦੀ ਹੈ ਕਿ ਬੰਦਾ ਹੁਣ ਮੇਰੇ ਤੋਂ ਬਿਨਾਂ ਰਹਿ, ਕਿਉਂਕਿ ਅੰਦਰ ਚੱਲਦਾ। ਤਾਂ ਜਿਹਨਾਂ ਨਫ਼ਰਤ ਹੁੰਦੀ ਹੈ, ਜਰਾ ਸੋਚੋ ਉਹਦੇ ਨਾਲ ਕੀ ਚੱਲਦਾ ਹੈ, ਮੈਨੂੰ ਇਹਨਾਂ ਨਫ਼ਰਤ ਦੀ ਸ਼ਕਲ ਦੇਖਣਾ ਨਹੀਂ ਮੈਂ ਚਾਹੁੰਦੀ, ਨਫ਼ਰਤ ਹੈ ਮੈਨੂੰ ਇਹਦਾ, ਇਹਦੀ ਗੱਲ ਵੀ ਕਰਨਾ ਨਹੀਂ ਪਸੰਦ ਕਰਦਾ, ਕਿਉਂਕਿ ਅਸੀਂ ਵਾਰ ਵਾਰ ਕੀ ਦੁਹਰਾ ਰਹੇ ਹਾਂ, ਮੈਨੂੰ ਇਹਨਾਂ ਨਫ਼ਰਤ ਹੈ, ਨਫ਼ਰਤ ਹੈ, ਨਫ਼ਰਤ ਹੈ। ਜਦੋਂ ਨਫ਼ਰਤ ਦੀ ਗੱਲ ਕਰਾਂਗੇ ਤਾਂ ਮਨ 'ਤੇ ਨਫ਼ਰਤ ਦੀ ਛਾਪ ਐਸੀ ਬਣ ਜਾਂਦੀ ਕਿ ਬੰਦਾ ਉਹਨੂੰ ਦੇਖਣਾ ਵੀ ਪਸੰਦ ਨਹੀਂ ਕਰਦਾ। ਤਾਂ ਜਦੋਂ ਪਿਆਰ ਦੀ ਗੱਲ ਕਰਾਂਗੇ, ਹੁਣ ਮਜਨੂੰ ਕੀ ਕਹਿੰਦਾ ਰਹਿੰਦਾ ਸੀ, ਮੈਨੂੰ ਲੈਲਾ ਨਾਲ ਬਹੁਤ ਪਿਆਰ ਹੈ, ਮੈਨੂੰ ਲੈਲਾ ਨਾਲ ਬਹੁਤ ਪਿਆਰ ਹੈ, ਲੈਲਾ ਲੈਲਾ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ। ਉਹ ਇੰਨਾ ਹੋ ਗਿਆ ਕਿ ਜਾਨ ਵੀ ਦੇਤੀ ਲੈਲਾ ਦੀ ਖਾਤਰ। ਅੱਜ ਬੰਦੇ ਨੂੰ ਇਹ ਮਨ ਦੀ ਇਹ ਅਵਸਥਾ ਬਾਰੇ ਅਗਰ ਸਮਝ ਆ ਜਾਵੇ ਨਾ, ਤਾਂ ਬੰਦੇ ਦਾ ਮਨ ਚੇਂਜ ਹੋ ਸਕਦਾ ਹੈ। ਹੁਣ ਫਰਜ਼ ਕਰੋ, ਅਸੀਂ ਕਈ ਵਾਰ ਦੱਸਿਆ ਹੈ, ਹੁਣ ਇੱਥੇ ਵੀ ਦੱਸ ਦਈਏ, ਅਗਰ ਤੁਹਾਡੇ ਅੰਦਰ ਕ੍ਰੋਧ ਜ਼ਿਆਦਾ ਹੈ,
ਤੁਸੀਂ ਪਤਾ ਕਿਉਂ ਕ੍ਰੋਧ ਜ਼ਿਆਦਾ ਹੈ? ਕਿਉਂਕਿ ਕਹਿੰਦੇ ਰਹਿੰਦੇ ਹੋ ਮੈਨੂੰ ਕ੍ਰੋਧ ਬਹੁਤ ਆਉਂਦਾ, ਮੈਨੂੰ ਗੁੱਸਾ ਬਹੁਤ ਆਉਂਦਾ, ਮੇਰੇ ਤੋਂ ਗੁੱਸਾ ਕੰਟਰੋਲ ਨਹੀਂ ਹੁੰਦਾ। ਤੁਸੀਂ ਕਹਿ ਕਹਿ ਕੇ ਆਪਣੇ ਮਨ 'ਤੇ ਕ੍ਰੋਧ ਦਾ ਰੰਗ, ਹੁਣ ਜੇ ਤੁਸੀਂ ਕਹਿਣਾ ਸ਼ੁਰੂ ਕਰਦੇ ਹੋ ਮੈਂ ਸ਼ਾਂਤ ਹਾਂ ਬਈ, ਮੇਰੇ ਅੰਦਰ ਸ਼ਾਂਤੀ ਸ਼ਾਂਤੀ ਹੈ, ਕੋਈ ਕੁਛ ਵੀ ਕਰੇ ਮੈਨੂੰ ਗੁੱਸਾ ਆਉਂਦਾ ਹੀ ਨਹੀਂ ਹੈ, ਮੈਂ ਤਾਂ ਹਮੇਸ਼ਾ ਸ਼ਾਂਤ ਰਹਿੰਦਾ ਹਾਂ, ਤਾਂ ਤੁਸੀਂ ਦੇਖੋਗੇ ਅਗਰ ਇਹ ਗੱਲ ਰੋਜ਼ ਰਿਪੀਟ ਕਰਦੇ ਚਲੇ ਜਾਓਗੇ ਤਾਂ ਤੁਹਾਡੇ ਮਨ 'ਤੇ ਸ਼ਾਂਤੀ ਦਾ ਇੱਦਾਂ ਦਾ ਰੰਗ ਚੜ੍ਹ ਜਾਣਾ ਕਿ ਕੋਈ ਬੋਲੇਗਾ ਵੀ ਤਾਂ ਤੁਹਾਨੂੰ ਗੁੱਸਾ, ਕਿਉਂਕਿ ਤੁਸੀਂ ਆਪਣੇ ਮਨ ਨੂੰ ਕਾਹਦੇ ਵਾਸਤੇ ਰੈਡੀ ਕਰ ਰਹੇ ਹੋ? ਸ਼ਾਂਤੀ ਵਾਸਤੇ। ਸਮਝ ਆ ਰਹੀ ਹੈ? ਹੁਣ ਕਈ ਵਾਰ ਬੰਦਾ ਕਹਿੰਦਾ ਜੀ ਮੈਨੂੰ ਡਰ ਬਹੁਤ ਲੱਗਦਾ ਹੈ, ਹਨੇਰੇ 'ਚ ਵੀ ਡਰ ਲੱਗਦਾ ਹੈ, ਮੈਨੂੰ ਫਲਾਨੀ ਚੀਜ਼ ਤੋਂ ਡਰ ਲੱਗਦਾ ਹੈ। ਕਿਉਂ? ਕਿਉਂਕਿ ਹਰ ਵੇਲੇ ਆਪਣੇ ਅੰਦਰ ਉਹ ਇਹੀ ਤਾਂ ਚਲਾਉਂਦਾ ਰਹਿੰਦਾ ਕਿ ਮੈਨੂੰ ਡਰ ਲੱਗਦਾ ਹੈ, ਮੈਂ ਬਹੁਤ ਡਰਪੋਕ ਹੈ। ਉਹ ਡਰ ਕਿਉਂ ਆਪਣੇ 'ਤੇ ਹਾਵੀ ਕਰਨਾ? ਜੇ ਅਸੀਂ ਇਹ ਯਕੀਨ ਕਰ ਲਈਏ ਕਿ ਜਬ ਮੇਰਾ ਮਾਲਿਕ ਮੇਰੇ ਸਾਥ ਹੈ ਤਾਂ ਡਰਨੇ ਕੀ, ਡਰ ਕਾਹਦਾ, ਚਿੰਤਾ ਕਾਹਦੀ ਹੈ? ਇਹਦੇ ਪਿਓਰਟੀ ਰੱਖੋ ਆਪਣੇ ਅੰਦਰ। ਪਿਓਰਟੀ ਦਾ ਮਤਲਬ ਡਰ ਨੂੰ ਛੱਡੋ, ਨਫ਼ਰਤ ਨੂੰ ਛੱਡੋ, ਔਰ ਆਪਣੇ ਮਾਲਿਕ ਦੇ ਵਿਸ਼ਵਾਸ ਨੂੰ ਰੱਖੋ, ਯਕੀਨ ਨੂੰ ਰੱਖੋ ਕਿ ਕੋਈ ਮੇਰਾ ਕੁਛ ਨਹੀਂ ਵਿਗਾੜ ਸਕਦਾ ਕਿਉਂਕਿ ਮੇਰੀ ਰੱਖਿਆ ਕਰਨ ਵਾਲਾ ਮੇਰਾ ਮਾਲਿਕ ਮੇਰੇ, ਇਹ ਯਕੀਨ ਰੱਖਣਾ ਹੈ। ਔਰ ਕਈ ਵਾਰ ਨਾ ਇਨਸਾਨ ਨੂੰ ਦੇਖਿਆ ਹੈ ਕਿ ਬੰਦਾ ਕਹਿੰਦਾ ਮੈਨੂੰ ਕਾਮਯਾਬੀ ਨਹੀਂ ਮਿਲ ਰਹੀ, ਮੈਨੂੰ ਸਫਲਤਾ ਨਹੀਂ ਮਿਲ ਰਹੀ, ਮੇਰੇ ਜੀਵਨ 'ਚ ਖੁਸ਼ੀਆਂ ਹੈ ਨਹੀਂ, ਤਾਂ ਉੱਥੇ ਵੀ ਕਿਤੇ ਨਾ ਕਿਤੇ ਬੰਦੇ ਨੂੰ ਆਪਣੇ ਰੱਬ 'ਤੇ ਯਕੀਨ ਘੱਟ ਹੈ। ਤਾਂ ਰੁਕਾਵਟਾਂ 'ਤੇ, ਜਿੱਦਾਂ ਬੰਦਾ ਕਹਿੰਦਾ ਨਾ ਮੇਰੇ ਕੰਮ 'ਚ ਰੁਕਾਵਟਾਂ ਹੀ ਬੜੀਆਂ ਹੈ, ਜਾਂ ਮੇਰੇ ਰਸਤੇ 'ਚ ਮੁਸ਼ਕਿਲਾਂ ਹੀ ਬੜੀਆਂ ਹੈ। ਹੁਣ ਮੁਸ਼ਕਿਲਾਂ ਵੱਲ ਧਿਆਨ ਰੱਖਾਂਗੇ ਤਾਂ ਮੁਸ਼ਕਿਲ ਨਜ਼ਰ ਆਏਗੀ, ਪਰ ਜੇ ਰੱਬ ਦੀਆਂ ਰਹਿਣਤਾਂ ਵੱਲ ਧਿਆਨ ਰੱਖਾਂਗੇ ਤਾਂ ਰਸਤੇ 'ਚ ਹਜ਼ਾਰਾਂ ਮੁਸ਼ਕਿਲਾਂ ਵੀ ਹੋਣ ਬੰਦਾ ਆਸਾਨੀ ਨਾਲ ਪਾਰ ਕਰਦਾ ਚਲਾ ਜਾਂਦਾ ਹੈ। ਇਸ ਲਈ ਮੁਸ਼ਕਿਲਾਂ ਬਾਰੇ ਨਹੀਂ ਸੋਚਣਾ, ਅਸੀਂ ਇਹ ਸੋਚਣਾ ਹਰ ਮੁਸ਼ਕਿਲ 'ਚੋਂ ਕੱਢਣ ਵਾਲਾ ਮੇਰਾ ਮਾਲਿਕ ਮੇਰੇ, ਸਮਝਦੇ ਹੋ ਕਿ ਨਹੀਂ? ਇਸ ਲਈ ਜਿਹਨਾਂ ਨੇ ਮੰਜ਼ਿਲ ਨੂੰ ਪਾਉਣਾ ਹੋਵੇ ਨਾ, ਜਿੱਦਾਂ ਹੁਣ ਕਈ ਵਾਰ ਅਜੀਬ ਕਹਿੰਦੇ ਮਾਲਕੋ ਗਲਾ ਖਰਾਬ ਹੈ ਥੋੜ੍ਹਾ ਸਤਸੰਗ ਕਰੋ, ਪਰ ਅਸੀਂ ਫਿਰ ਕੀ ਕਹੀਦਾ ਹੈ ਕਿ ਨਾ ਥੱਕੇ ਹੈ ਪੈਰ ਕਵੀ ਨਾ ਕਵੀ ਹਿੰਮਤ ਹਾਰੀ ਹੈ। ਇਹ ਤੁਸੀਂ ਵੀ ਕਹਿਣਾ ਹੈ ਕਿ ਜੀਵਨ 'ਚ ਅਗਰ ਮੁਸ਼ਕਿਲ ਹੋਵੇ ਨਾ, ਜੀਵਨ 'ਚ ਅਗਰ ਕੋਈ ਮੁਸ਼ਕਿਲ ਹੋਵੇ ਵੀ ਤਾਂ ਥੱਕਣਾ ਨਹੀਂ ਹੈ ਕਦੀ, ਹਾਰ ਨਹੀਂ ਮੰਨਣੀ ਕਦੀ ਵੀ, ਕਿਉਂਕਿ ਨਾ ਥੱਕੇ ਹੈ ਪੈਰ ਕਵੀ ਨਾ ਕਵੀ ਹਿੰਮਤ ਹਾਰੀ ਹੈ, ਵਿਸ਼ਵਾਸ ਹੈ ਮੰਜ਼ਿਲ ਕੋ ਪਾਣੇ ਕਾ, ਇਸ ਲਈ ਕੋਸ਼ਿਸ਼ ਜਾਰੀ ਹੈ, ਪਰ ਕੋਸ਼ਿਸ਼ ਜਾਰੀ ਰੱਖੋ, ਕਦੀ ਹਿੰਮਤ ਹਾਰ ਕੇ ਨਾ ਬੈਠੋ, ਚਾਹੇ ਸਿਹਤ ਖਰਾਬ ਵੀ ਹੋਵੇ ਨਾ ਮਾੜੀ ਮੋਟੀ, ਨਹੀਂ ਜੀ ਮੇਰੇ ਤੋਂ ਨਹੀਂ ਹੋਣਾ, ਕਿਉਂ ਨਹੀਂ ਹੋਣਾ, ਸਮਝਦੇ ਹੋ ਕਿ ਨਹੀਂ? ਕਿਉਂ ਨਹੀਂ ਹੋਣਾ? ਕਿਉਂਕਿ ਬਹੁਤ ਬੜੀ ਤਾਕਤ ਮੇਰੇ ਅੰਦਰ ਆਪਣਾ ਕੰਮ ਕਰ ਰਹੀ ਹੈ। ਜੇ ਮੈਂ ਉਸ 'ਤੇ ਯਕੀਨ ਰੱਖ ਸਕਦਾ ਹਾਂ ਤਾਂ ਫਿਰ ਮੈਂ ਅਸੰਭਵ ਨੂੰ ਸੰਭਵ ਵੀ ਕਰ, ਨਾਮੁਮਕਿਨ ਨੂੰ ਮੁਮਕਿਨ ਵੀ ਕਰ, ਇਸ ਲਈ ਵਿਸ਼ਵਾਸ ਰੱਖਣਾ ਸ਼ੁਰੂ ਕਰੋ, ਸਮਝਦੇ ਹੋ ਕਿ ਨਹੀਂ? ਕਦੀ ਹਿੰਮਤ ਹਾਰ ਕੇ ਨਹੀਂ ਬੈਠਣਾ, ਕਦੀ ਚਿੰਤਾ ਨਹੀਂ ਕਰਨੀ, ਕਿਉਂਕਿ ਕਬੀਰ ਸਾਹਿਬ ਨੇ ਸਾਫ਼ ਦੱਸਿਆ ਕਿ ਚਿੰਤਾ ਐਸੀ ਡੰਕਣੀ ਕਾਟ ਕਲੇਜਾ ਖਾਏ, ਵੈਦ ਵਿਚਾਰਾ ਕਿਆ ਕਰੇ ਕਹਾਂ ਦਵਾ ਲਗਾਏ। ਕਿ ਜਦੋਂ ਇਨਸਾਨ ਚਿੰਤਾ ਜ਼ਿਆਦਾ ਕਰਦਾ ਹੈ, ਉਹ ਕਹਿੰਦੇ ਚਿੰਤਾ ਤਾਂ ਇੱਦਾਂ ਦੀ ਡਾਇਣ ਹੈ, ਡੰਕਣੀ ਹੈ, ਇੱਦਾਂ ਦੀ ਨਾਗਿਨ ਹੈ ਜਿਹੜੀ ਅੰਦਰੋਂ ਅੰਦਰ ਤੇਰੇ ਦਿਲ ਨੂੰ ਸਿਹਤ ਨੂੰ ਖਾਂਦੀ ਰਹਿੰਦੀ ਹੈ। ਤਾਂ ਕਿਸੇ ਵੈਦ ਕੋ ਜਾਓ, ਵੈਦ ਟੈਸਟ ਕਰਦਾ ਹੈ, ਤਾਂ ਕਈ ਵਾਰ ਬੰਦਾ ਵੀ ਕਹਿੰਦਾ ਨਾ ਰਿਪੋਰਟਾਂ 'ਚ ਕੁਛ ਨਹੀਂ ਆਇਆ, ਬਲੱਡ ਟੈਸਟ ਕੀਤੇ, ਸਕੈਨਿੰਗਾਂ ਕੀਤੀਆਂ, ਕੋਈ ਪ੍ਰੋਬਲਮ ਨਹੀਂ ਆਈ, ਪਰ ਫਿਰ ਵੀ ਬੰਦੇ ਨੂੰ ਲੱਗਦਾ ਕੁਛ ਨਾ ਕੋਈ ਚੀਜ਼ ਮੈਨੂੰ ਅੰਦਰੋਂ, ਉਹ ਕਹਿੰਦੇ ਉਹ ਚਿੰਤਾ ਹੈ, ਉਹ ਚਿੰਤਾ ਰੂਪੀ ਭੂਤ ਹੈ ਜਿਹੜਾ ਤੈਨੂੰ ਅੰਦਰੋਂ ਚੁੰਬੜਿਆ ਹੈ। ਪਰ ਉਹਦਾ ਭੂਤ ਹੁੰਦੇ ਨਹੀਂ ਹੈ, ਪਹਿਲੇ ਕਹਿ ਦਈਏ, ਫਿਰ ਉਹ ਕਹਿਣ ਦੀ ਗੱਲ ਹੈ ਕਿ ਭੂਤ ਉਹ ਜਿਹੜਾ ਸਾਨੂੰ ਉਹਦੇ ਪਰੇਸ਼ਾਨ ਕਰੀ ਜਾਵੇ, ਹੈ ਨਹੀਂ ਬਸ ਪਰੇਸ਼ਾਨ ਹੋ ਰਹੇ, ਉਹ ਭੂਤ ਹੀ ਹੈ, ਕਿਤੇ ਵੀ ਨਹੀਂ, ਬਸ ਸੋਚਾਂ ਦੇ ਵਿੱਚ।
ਉਹ ਕਹਿੰਦੇ ਚਿੰਤਾ ਐਸੀ ਡੰਕਣੀ ਕਾਟ ਕਲੇਜਾ ਖਾਏ, ਕਿ ਚਿੰਤਾ ਵੀ ਉਹ ਡੰਕਣੀ ਉਹ ਨਾਗਿਨ ਦੀ ਤਰ੍ਹਾਂ ਹੈ ਜਿਹੜੀ ਅੰਦਰੋਂ ਅੰਦਰ ਤੈਨੂੰ। ਹੁਣ ਉਹਦਾ ਹੱਲ ਫਿਰ ਵੈਦਾਂ ਕੋਲ ਨਹੀਂ ਹੁੰਦਾ, ਕਿਉਂਕਿ ਵੈਦ ਵਗੈਰਾ ਦਵਾਈ ਕਿੱਥੇ ਲਾਏਗਾ? ਕਿਤੇ ਜ਼ਖਮ ਹੋਵੇ ਕੋਈ ਜੀਵਨ ਦੇ ਵਿੱਚ ਉਹਨੂੰ ਨਜ਼ਰ ਆਉਂਦਾ ਹੋਵੇ ਇਹਨੂੰ ਬਿਮਾਰੀ ਹੈ ਤਾਂ ਫਿਰ ਦਵਾਈ ਦੇਵੇ, ਪਰ ਉਹ ਚਿੰਤਾ ਤਾਂ ਤੇਰੀ ਸੋਚ ਅੰਦਰ ਹੈ। ਇਸ ਲਈ ਬੇਚਾਰ ਵੈਦ ਉੱਥੇ ਕੁਛ ਨਹੀਂ ਕਰ ਸਕਦਾ। ਇਸ ਲਈ ਕੋਸ਼ਿਸ਼ ਕਰਨੀ ਹੈ ਤੂੰ ਕਿ ਅਗਰ ਤੈਨੂੰ ਵੀ ਚਿੰਤਾ ਦੀ ਨਾਗਿਨ ਡੱਸ ਰਹੀ ਹੈ ਤਾਂ ਫਿਰ ਵੈਦ ਦੇ ਕੋਲ ਜਾਣ ਦੀ ਬਜਾਏ ਉਹ ਕਿਸੇ ਕਾਮਿਲ ਮੁਰਸ਼ਦ ਦੇ ਕੋਲ ਚਲਾ ਜਾ, ਕਿਉਂਕਿ ਚਿੰਤਾ ਦੇ ਹੱਲ ਜਿੱਦਾਂ ਸੀ ਇੱਕ ਸ਼ੇਰ ਕਹੀਦਾ ਹੈ ਕਿ ਚਿੰਤਾ ਕਰਨਾ ਤਬਸੇ ਮੈਨੇ ਛੋੜ ਦਿਆ ਹੈ। ਕਦੋਂ ਤੋਂ ਛੱਡਿਆ ਹੈ? ਚਿੰਤਾ ਕਰਨਾ ਤਬਸੇ ਮੈਨੇ ਛੋੜ ਦਿਆ ਹੈ, ਇਹ ਮਾਲਿਕ ਜਬਸੇ ਮੈਨੇ ਖੁਦ ਕੋ ਤੁਝਸੇ ਜੋੜ ਦਿਆ ਹੈ। ਇਸ ਲਈ ਉਦੋਂ ਤੱਕ ਹੀ ਜੀਵਨ 'ਚ ਚਿੰਤਾਵਾਂ ਹੁੰਦੀਆਂ ਜਦ ਤੱਕ ਪਤਾ ਹੈ ਕਿ ਮੇਰਾ ਸਾਥ ਦੇਣ ਵਾਲਾ ਹੈ ਨਹੀਂ। ਪਰ ਜਦੋਂ ਬੰਦੇ ਨੂੰ ਪਤਾ ਲੱਗ ਜਾਂਦਾ ਕਿ ਮਿਲ ਗਿਆ ਮੈਨੂੰ ਉਹ ਸੱਚਾ ਸਾਥੀ ਜਿਹੜਾ ਹਰ ਮੁਸ਼ਕਿਲ 'ਚੋਂ ਮੈਨੂੰ ਕੱਢ ਸਕਦਾ ਹੈ, ਹਰ ਮੁਸ਼ਕਿਲ ਦਾ ਹੱਲ ਕਰ, ਤਾਂ ਫਿਰ ਇਨਸਾਨ ਕਹਿੰਦਾ ਹੁਣ ਚਿੰਤਾ ਕਿਉਂ ਕਰਨੀ ਹੈ? ਜੀਵਨ 'ਚ ਪ੍ਰੋਬਲਮ ਆਈ ਹੈ ਤਾਂ ਜੇ ਪ੍ਰੋਬਲਮ ਦਾ ਹੱਲ ਕਰਨ ਵਾਲਾ ਮੇਰਾ ਮਾਲਿਕ ਮੇਰੇ ਨਾਲ, ਤਾਂ ਮੈਂ ਫਿਕਰ ਕਿਉਂ ਕਰਾਂ? ਸਮਝਦੇ ਹੋ ਕਿ ਨਹੀਂ? ਜਿਹੜੇ ਤੁਸੀਂ ਵੀ ਅੱਜ ਤੋਂ ਚਿੰਤਾ ਕਰਨੀਆਂ ਛੱਡ ਦਿਓ। ਜਿੱਦਾਂ ਇਹਨਾਂ ਨੂੰ ਕਿਹਾ ਸੀ ਨਾ, ਚਲੋ ਡਾਕਟਰ ਕਿਹਾ ਕਿ ਬੱਚਾ ਅੰਗਹੀਨ ਹੈ, ਬੱਚਾ ਇੱਦਾਂ ਹੋਣਾ ਹੈ, ਅਬੋਰਸ਼ਨ ਕਰਾ ਦਿਓ, ਇਹ ਕਿ ਚਿੰਤਾ ਨਾ ਕਰੋ, ਇਹ ਕਹਿੰਦੇ ਛੱਡ ਦੀਆਂ ਚਿੰਤਾਵਾਂ। ਫਿਰ ਤਾਂ ਦੇਖੋ ਜੇ ਡਾਕਟਰਾਂ ਦੇ ਕਹਿਣ 'ਤੇ ਅਬੋਰਸ਼ਨ ਕਰਾ ਦਿੰਦੇ ਤਾਂ ਅੱਜ ਉਹ ਬੱਚੀ ਉਹ ਖੇਲਣੀ ਸੀ ਇਹਨਾਂ ਦੇ ਘਰ 'ਚ, ਜਰਾ ਸਮਝਣਾ। ਸੋ ਚਿੰਤਾ ਕਰਨ ਦੇ ਨਾਲ ਪ੍ਰੋਬਲਮ ਵੱਧਦੀ ਹੈ, ਔਰ ਵਿਸ਼ਵਾਸ ਕਰਨ ਦੇ ਨਾਲ ਹਰ ਮੁਸ਼ਕਿਲ ਦਾ ਹੱਲ ਹੁੰਦਾ ਹੈ। ਇਸ ਲਈ ਫਿਕਰ ਤਾਂ ਉਹਨੂੰ ਹੋਵੇ ਜਿਹਦੀਆਂ ਮੁਸ਼ਕਿਲਾਂ ਦਾ ਹੱਲ ਕਰਨ ਵਾਲਾ ਕੋਈ ਨਾ ਹੋਵੇ, ਤਾਂ ਜਿਹਨੂੰ ਪਤਾ ਹੈ ਮੇਰੀ ਹਰ ਮੁਸ਼ਕਿਲ ਦਾ ਹੱਲ ਕਰਨ ਵਾਲਾ ਮੇਰਾ ਮਾਲਿਕ ਮੇਰੇ ਹਰ ਦੁੱਖ ਨੂੰ ਦੂਰ ਕਰਨ ਵਾਲਾ ਮੇਰਾ ਮਾਲਿਕ ਮੇਰੇ, ਮੇਰੀਆਂ ਝੋਲੀਆਂ ਨੂੰ ਖੁਸ਼ੀਆਂ ਨਾਲ ਭਰਨ ਵਾਲਾ ਮੇਰਾ ਮਾਲਿਕ ਮੇਰੇ, ਤਾਂ ਫਿਰ ਉਹ ਚਿੰਤਾ ਨਹੀਂ ਕਰਦਾ। ਉਹ ਤਾਂ ਕਹਿੰਦਾ ਹੁਣ ਚਿੰਤਾ ਕਰਨਾ ਤਬਸੇ ਮੈਨੇ, ਉਹ ਕਹਿੰਦਾ ਛੱਡਤੀਆਂ ਚਿੰਤਾ, ਬਹੁਤ ਚਿੰਤਾਵਾਂ ਕਰ ਲਈਆਂ, ਬੜੀਆਂ ਟੈਨਸ਼ਨਾਂ ਲੈ ਕੇ ਦੇਖ ਲਿਆ, ਹੱਲ ਕੋਈ ਨਹੀਂ ਹੋਇਆ, ਪਰ ਹੁਣ ਜਦੋਂ ਦੇ ਉਹਦੇ ਹੋ ਗਏ ਤਾਂ ਸਾਰੀਆਂ ਚਿੰਤਾਵਾਂ ਹੀ ਛੱਡ ਦਿੱਤੀਆਂ। ਅੱਜ ਤੋਂ ਤੁਸੀਂ ਵੀ ਛੱਡ ਦਿਓ, ਪਰ ਇਹ ਛੱਡੇਗਾ ਉਹੀ ਜਿਹੜਾ ਮਾਲਿਕ ਦਾ ਹੋ ਜਾਏਗਾ, ਸਮਝਦੇ ਹੋ ਕਿ ਨਹੀਂ? ਇਸ ਲਈ ਹੋ ਜਾਓ ਉਸ ਮਾਲਿਕ ਦੇ, ਤਾਂ ਫਿਰ ਤੁਸੀਂ ਦੇਖੋ ਤੁਹਾਡੀਆਂ ਚਿੰਤਾਵਾਂ ਵੀ ਛੁੱਟ ਜਾਣਗੀਆਂ, ਤੁਹਾਡੀਆਂ ਚਿੰਤਾਵਾਂ ਵੀ ਮੁੱਕ ਜਾਣਗੀਆਂ। ਇਸ ਲਈ ਆਓ ਕਹਿ ਦਈਏ ਫਿਰ, ਚਿੰਤਾ ਕਰਨਾ ਤਬਸੇ ਮੈਨੇ ਜਬ ਸੇ ਹੈ ਮਾਲਿਕ ਮੈਨੇ ਖੁਦ ਕੋ ਤੁਝਸੇ, ਬਸ ਉਹਦੇ ਨਾਲ ਜੁੜ ਜਾਓ, ਫਿਰ ਤੁਹਾਡੀ ਚਿੰਤਾ ਉਹ ਆਪ ਕਰੇਗਾ, ਕਿਉਂਕਿ ਜਿਹੜਾ ਉਹਦਾ ਹੋ ਗਿਆ ਫਿਰ ਉਹਨੂੰ ਚਿੰਤਾ ਕਰਨ ਦੀ ਲੋੜ ਨਹੀਂ। ਉਹ ਕਹਿੰਦੇ ਤੂੰ ਮੇਰਾ ਹੋ ਗਿਆ, ਹੁਣ ਤੂੰ ਨਿਸ਼ਚਿੰਤ ਰਹਿ, ਤੇਰੀ ਚਿੰਤਾ ਕਰਨ ਵਾਲਾ ਮੈਂ ਜੋ ਬੈਠਾ ਹੈ, ਤੇ ਫਿਕਰ ਕਾਹਦੀ ਹੈ? ਔਰ ਜਿਹਦੀ ਫਿਕਰ ਉਹ ਕਰੇ ਉਹਨੂੰ ਫਿਰ ਕੋਈ ਫਿਕਰ ਰਹਿੰਦੀ ਨਹੀਂ ਹੈ। ਇਸ ਲਈ ਇਹਨੂੰ ਹੀ ਕਹਿੰਦੇ ਪਿਆਰ, ਇਹਨੂੰ ਹੀ ਕਹਿੰਦੇ ਵਿਸ਼ਵਾਸ। ਜੇ ਇੱਥੇ ਇੱਕ ਗੱਲ ਹੋਰ ਕਹਾਂਗੇ, ਬੁਰੇ ਸੇ ਬੁਰੇ ਹਾਲਾਤੋਂ ਮੇ ਸੇ ਨਿਕਲਨੇ ਕਾ, ਬੁਰੇ ਸੇ ਬੁਰੇ ਹਾਲਾਤੋਂ ਮੇ ਸੇ ਨਿਕਲਨੇ ਕਾ ਰਾਸਤਾ ਵੋ ਪਾ ਲੇਤੇ ਹੈ, ਜੋ ਆਪਣੀ ਅੱਛੀ ਕਰਨੀ ਸੇ ਉਸ ਰੱਬ ਕੋ ਆਪਣਾ ਬਣਾ ਲੇਤੇ ਹੈ। ਕਿ ਇਨਸਾਨ ਦੇ ਜੀਵਨ ਜਿੰਨੇ ਮਰਜ਼ੀ ਬੁਰੇ ਹਾਲਾਤ ਹੋਣ, ਉਹਨਾਂ ਨੂੰ ਬੁਰੇ ਤੋਂ ਬੁਰੇ ਹਾਲਾਤਾਂ ਚੋਂ ਨਿਕਲਣ ਦਾ ਮਾਰਗ ਵੀ ਮਿਲ ਜਾਂਦਾ ਹੈ, ਬੁਰੇ ਤੋਂ ਬੁਰਾ ਮਾਰਗ, ਕਿਉਂਕਿ ਕਈ ਵਾਰ ਬੰਦਾ ਰਸਤਾ ਹੀ ਬੜਾ ਬੁਰਾ ਹੈ, ਹਾਲਾਤ ਬੜੇ ਬੁਰੇ ਹੈ, ਰਸਤੇ 'ਚ ਕਈ ਰੁਕਾਵਟਾਂ ਹੈ। ਤਾਂ ਯਾਦ ਰੱਖੋ, ਹਾਲਾਤ ਜਿੱਦਾਂ ਦੇ ਮਰਜ਼ੀ ਮਾੜੇ ਹੋਣ, ਅਗਰ ਤੁਹਾਨੂੰ ਵਿਸ਼ਵਾਸ ਹੈ ਨਾ ਕਿ ਉਹ ਮੇਰਾ ਮਾਲਿਕ ਮੇਰੇ ਨਾਲ ਹੈ, ਤਾਂ ਉਹ ਹੁੰਦਾ ਕਦੋਂ ਨਾਲ ਹੈ? ਜਦੋਂ ਅਸੀਂ ਕਰਮ ਕਹਿ ਦਿਓ
ਕਿਉਂਕਿ ਜੋ ਆਪਣੇ ਅੱਛੀ ਕਰਨੀ ਸੀ ਉਸ ਰੱਬ ਕੋ ਆਪਣਾ ਬਣਾ ਲੇਤੇ ਹੈ। ਕਿ ਅਗਰ ਇਨਸਾਨ ਦੇ ਜੀਵਨ 'ਚ ਕੋਈ ਦੁੱਖ ਹੈ, ਕੋਈ ਮੁਸ਼ਕਿਲ ਹੈ, ਤਾਂ ਕਹਿੰਦੇ ਅੱਛਾ ਕਰਮ ਕਰ, ਕਿਉਂਕਿ ਅੱਛਾ ਕਰਮ ਕਰਨਾ ਉਹਦੀ ਰਹਿਮਤ ਤੇਰੇ ਨਾਲ ਹੁੰਦੀ ਹੈ। ਤਾਂ ਜੇ ਉਹਦੀ ਰਹਿਮਤ ਤੇਰੇ ਨਾਲ ਹੁੰਦੀ ਹੈ ਤਾਂ ਤੇਰੇ ਜੀਵਨ ਦੇ ਵਿੱਚ ਅੱਜ ਅਗਰ ਬੁਰੇ ਹਾਲਾਤ ਵੀ ਹੈ ਤਾਂ ਰੱਬ ਆਪੇ ਹੀ ਤੈਨੂੰ ਬਾਂਹ ਫੜ ਕੇ ਬੁਰੇ ਹਾਲਾਤਾਂ 'ਚੋਂ ਕੱਢ ਲੈਂਦਾ ਹੈ। ਇਹ ਗੱਲ ਯਾਦ ਰੱਖਣਾ ਹਮੇਸ਼ਾ, ਕਿਉਂਕਿ ਜੇ ਬੰਦਾ ਸੋਚੇ ਤਾਂ ਫਿਰ ਕਹਾਂਗੇ ਕਿ ਸੋਚਣ ਨਾਲ ਹੀ ਕੁਛ ਨਹੀਂ ਹੁੰਦਾ ਕਿ ਰੱਬਾ ਰਹਿਮਤ ਕਰ। ਰੱਬ ਕਹਿੰਦਾ ਮੈਂ ਤਾਂ ਰਹਿਮਤ ਕਰਨ ਨੂੰ ਤਿਆਰ ਹਾਂ, ਉਹ ਤੂੰ ਰਹਿਮਤ ਹਾਸਲ ਕਰਨ ਵਾਲਾ ਕੋਈ ਕਰਮ ਵੀ ਤਾਂ ਕਰ। ਜਿੱਦਾਂ ਹੁਣ ਇੱਦਾਂ ਸਮਝ ਲਓ ਕਿ ਜਿਨ ਕੋ ਫਲ ਮੀਠੇ ਚਾਹੀਏ, ਜਰਾ ਹੁਣ ਗੌਰ ਕਰਨਾ ਕਿ ਜਿਨ ਕੋ ਫਲ ਮੀਠੇ ਚਾਹੀਏ ਉਨਕੋ ਬੀਜ ਬੋਨਾ ਬਹੁਤ ਜ਼ਰੂਰੀ ਹੈ। ਕਿਉਂਕਿ ਬੈਠੇ ਬੈਠੇ ਸ਼ੇਰ ਬਣਦੇ ਹੈ, ਇਸ ਲਈ ਇਹਨੂੰ ਥੋੜ੍ਹਾ ਹੋਰ ਬਣਾ ਦਈਏ ਕਿ ਸੋਚਨੇ ਸੇ ਕੁਛ ਨਹੀਂ ਹੋਗਾ, ਸੋਚਨੇ ਸੇ ਕੁਛ ਨਹੀਂ ਹੋਗਾ, ਫਲ ਕੇ ਲੀਏ ਬੀਜ ਬੋਨਾ ਬਹੁਤ ਜ਼ਰੂਰੀ ਹੈ। ਸੋਚਨੇ ਸੇ ਕੁਛ ਨਹੀਂ ਹੋਗਾ, ਫਲ ਕੇ ਲੀਏ ਬੀਜ ਬੋਨਾ ਬਹੁਤ ਜ਼ਰੂਰੀ ਹੈ। ਕਾਮਯਾਬ ਹੋਣੇ ਕੇ ਲੀਏ ਕਿਸੀ ਔਰ ਕੋ ਹੋ ਨਾ ਹੋ, ਤੁਸੀਂ ਤੁਝੇ ਆਪਣੇ ਰੱਬ ਪੇ ਯਕੀਨ ਹੋਣਾ ਬਹੁਤ ਜ਼ਰੂਰੀ ਹੈ। ਕਿਉਂਕਿ ਸੋਚਨੇ ਸੇ ਕੁਛ ਨਹੀਂ ਹੋਗਾ, ਸੋਚਨੇ ਸੇ ਕੁਛ ਨਹੀਂ ਹੋਗਾ, ਫਲ ਕੇ ਲੀਏ ਬੀਜ ਬੋਨਾ ਬਹੁਤ ਜ਼ਰੂਰੀ ਹੈ। ਕਾਮਯਾਬੀ ਕੇ ਲੀਏ ਕਿਸੀ ਔਰ ਕੋ ਹੋ ਯਾ ਨਾ ਹੋ, ਤੁਝੇ ਆਪਣੇ ਰੱਬ ਪੇ ਯਕੀਨ ਹੋਣਾ ਬਹੁਤ। ਕਿਉਂਕਿ ਜੇ ਕਾਮਯਾਬੀ ਤੈਨੂੰ ਚਾਹੀਦੀ ਤਾਂ ਯਕੀਨ ਵੀ ਤੈਨੂੰ ਹੀ ਕਰਨਾ, ਜੇ ਖੁਸ਼ੀ ਤੈਨੂੰ ਚਾਹੀਦੀ ਯਕੀਨ ਵੀ ਤੈਨੂੰ ਕਰਨਾ, ਜੇ ਭੁੱਖ ਤੈਨੂੰ ਲੱਗੀ ਤਾਂ ਖਾਣਾ ਵੀ ਤੈਨੂੰ ਹੀ ਖਾਣਾ ਪੈਣਾ ਹੈ। ਇਸੇ ਤਰ੍ਹਾਂ ਇੱਥੇ ਗੱਲ ਯਾਦ ਰੱਖੋ ਕਿ ਬੰਦਾ ਬੈਠਾ ਬੈਠਾ ਸੋਚੀ ਜਾਵੇ ਰੱਬ ਮੇਤੇ ਕਿਰਪਾ ਨਹੀਂ ਕਰਦਾ, ਰੱਬ ਮੇਤੇ ਰਹਿਮਤ ਨਹੀਂ ਕਰਦਾ, ਜਾਂ ਇਹਨੂੰ ਇੱਦਾਂ ਕਹਿ ਲਓ, ਕਈ ਵਾਰ ਦੱਸੀਦਾ ਨਾ ਬੰਦਾ ਖਾਲੀ ਗਮਲਾ ਲੈ ਕੇ ਬੈਠਾ ਹੋਵੇ ਵਿੱਚ ਮਿੱਟੀ ਪਾਵੇ, ਰੱਬਾ ਫਲ ਨਹੀਂ ਲਾਉਂਦਾ, ਰੱਬਾ ਫੁੱਲ ਨਹੀਂ ਲਾਉਂਦਾ, ਰੱਬਾ ਫੁੱਲ ਨਹੀਂ ਲਾਉਂਦਾ, ਰੱਬ ਨੇ ਕਹਿਣਾ ਬੀਜ ਤਾਂ ਪਾ, ਮੈਂ ਤਾਂ ਲਾਉਣ ਨੂੰ ਤਿਆਰ, ਪਰ ਬੀਜ ਤਾਂ ਤੈਨੂੰ ਹੀ ਸਮਝਦੇ ਹੋ। ਹੁਣ ਬੰਦਾ ਕਿਰਪਾ ਤਾਂ ਚਾਹੁੰਦਾ ਹੈ, ਪਰ ਕਿਰਪਾ ਨੂੰ ਪ੍ਰਾਪਤ ਕਰਨ ਵਾਸਤੇ ਕਰਮ ਕੀ ਕਰਦਾ ਬੰਦਾ? ਜਰਾ ਸੋਚ ਕੇ ਦੇਖੀਏ ਕਿ ਅਸੀਂ ਖਾਣਾ ਖਾ ਕੇ ਕਦੀ ਉਹਦਾ ਸ਼ੁਕਰ ਕਰਦੇ ਹਾਂ? ਸਮਝਦੇ ਹੋ ਆਪਣੇ? ਤਾਂ ਹੀ ਤਾਂ ਬੁੱਲੇ ਸ਼ਾਹ ਨੇ ਬੜੀ ਪਿਆਰੀ ਗੱਲ ਕਹੀ ਹੈ ਕਿ ਰੱਬ ਕੀ ਬੰਦਗੀ ਰੋਜ਼ ਕਰੋ ਫਿਰ ਜ਼ਿੰਦਗੀ ਮੇਂ ਮੌਜ ਕਰੋ। ਕਹਿੰਦੇ ਜੇ ਜੀਵਨ 'ਚ ਮੌਜਾਂ ਕਰਨੀਆਂ ਨਾ ਤਾਂ ਵੇ ਜੀਵਨ ਦਾ ਨਿਯਮ ਬਣਾ ਕਿ ਮੈਂ ਰੱਬ ਦੀ ਬੰਦਗੀ ਰੋਜ਼ ਕਰੋ ਫਿਰ ਜੀਵਨ ਮੇਂ ਮੌਜ ਕਰੋ। ਅਗਰ ਜੀਵਨ ਮੇਂ ਖੁਸ਼ੀਆਂ ਨਹੀਂ ਤੋ ਫਿਰ ਮੁਰਸ਼ਦ ਕੀ ਖੋਜ ਕਰੋ। ਸਮਝਦੇ ਹੋ? ਕਹਿੰਦੇ ਅਗਰ ਤੇਰੇ ਜੀਵਨ 'ਚ ਖੁਸ਼ੀਆਂ ਹੈ ਨਹੀਂ ਤਾਂ ਫਿਰ ਮੁਰਸ਼ਦ ਦੀ ਖੋਜ ਕਰ, ਇਹਦਾ ਮਤਲਬ ਤੈਨੂੰ ਗੁਰੂ ਦੀ ਲੋੜ ਹੈ, ਮੁਰਸ਼ਦ ਦੀ ਲੋੜ ਹੈ ਜਿਹੜਾ ਤੈਨੂੰ ਖੁਸ਼ੀਆਂ ਦੇ ਦਾਤੇ ਤੱਕ ਲੈ ਜਾਵੇ। ਸਮਝਦੇ ਹੋ? ਇਸ ਕਰਕੇ ਤਾਂ ਹੀ ਕਹਿੰਦੇ ਫਕੀਰਾਂ ਕੋ ਜਾਓ, ਪਰ ਬੰਦਾ ਫਕੀਰਾਂ ਨੂੰ ਛੱਡ ਕੇ ਜੋਤਸ਼ੀਆਂ ਕੋ ਤੁਰਿਆ ਹੁੰਦਾ ਹੀ, ਹੱਥਾਂ ਲਕੀਰਾਂ ਦੇਖ ਲਿਓ, ਆ ਜਨਮ ਪੱਤਰੀ ਦੇਖ ਲਿਓ, ਜੀਵਨ 'ਚ ਖੁਸ਼ੀ ਹੈ ਜਾਂ ਨਹੀਂ ਹੈ, ਆ ਜੀਵਨ 'ਚ ਤਰੱਕੀ ਮਿਲੇਗੀ ਜਾਂ ਨਹੀਂ ਮਿਲੇਗੀ, ਕਾਮਯਾਬੀ ਮਿਲੇਗੀ ਜਾਂ ਨਹੀਂ ਮਿਲੇਗੀ, ਉਹ ਜਿਹੜਾ ਪੱਤਰੀਆਂ ਵਾਲੇ ਮਗਰ ਜਾਂਦਾ ਨਾ। ਸਮਝਦੇ ਹੋ? ਤੇਰਾ ਸਮਝ ਲੈਣਾ। ਇਸ ਲਈ ਅਸੀਂ ਇੱਕੋ ਹੀ ਗੱਲ ਕਹੀਦੀ ਹੈ, ਉਹਨਾਂ ਕੋ ਨਾ ਜਾਓ ਜਿਹੜੇ ਦੱਸਣ ਵੀ ਤੇਰੀ ਹੱਥਾਂ ਲਕੀੜਾਂ ਮਾੜੀਆਂ ਜਾਂ ਤੇਰੇ ਗ੍ਰਹਿ ਮਾੜੇ, ਬਲਕਿ ਸਿੱਧਾ ਉਹਨਾਂ ਫਕੀਰਾਂ ਦੇ ਕੋਲ ਜਾਓ ਜਿਹੜੇ ਤੈਨੂੰ ਰੱਬ ਤੱਕ ਲੈ ਜਾਂਦੇ ਹੈ, ਜਿਹਨੇ ਖੁਦ ਗ੍ਰਹਿ ਬਣਾਏ ਆ, ਜਿਹਨੇ ਹੱਥਾਂ ਲਕੀਰਾਂ ਬਣਾਈਆਂ, ਜਦੋਂ ਉਹਦੇ ਨਾਲ ਜੁੜ ਗਏ ਤਾਂ ਜੇ ਅੱਜ ਮਾੜੀਆਂ ਤਾਂ ਗੱਲ ਨੂੰ ਚੰਗੀਆਂ ਵੀ ਲਿਖਦੇ, ਕਿਉਂਕਿ ਲਿਖਣ ਵਾਲੇ ਕੋਲ ਚਲੇ ਜਾਈਏ ਤਾਂ ਫਿਰ ਲਕੀਰਾਂ ਦੀ ਫਿਕਰ ਕੀ।
ਸਮੇਂ ਦੇ ਔਖ ਨੇ। ਇਸ ਲਈ ਤਾਂ ਕਿਹਾ ਨਾ ਕਿ ਜਿਹੜੇ ਆਪਣੇ ਰੱਬ 'ਤੇ ਵਿਸ਼ਵਾਸ ਕਰਦੇ ਹੈ ਉਹ ਹੱਥਾਂ ਦੀਆਂ ਲਕੀਰਾਂ ਦੀ ਫਿਕਰ ਨਹੀਂ ਕਰਦੇ, ਉਹ ਚਿੰਤਾ ਨਹੀਂ ਕਰਦੇ। ਉਹ ਕਹਿੰਦੇ ਸਾਡੀ ਯਾਰੀ ਉਹਦੇ ਨਾਲ ਹੈ ਜਿਹਨਾਂ ਲਕੀਰਾਂ ਲਿਖੀਆਂ ਹੈ, ਜੇ ਮਾੜੀਆਂ ਵੀ ਹੋਈਆਂ ਤਾਂ ਚੰਗੀਆਂ ਆਪੇ ਹੀ ਕਰ ਦੇਗਾ ਕਿ ਨਹੀਂ ਭਾਈ, ਯਾਰੀ ਉਹਦੇ ਨਾਲ ਲਾਓ, ਤੇਰਾ ਸਮਝ ਲੈਣਾ ਸਾਰਿਆਂ ਨੇ। ਜਿੱਦਾਂ ਅਬਦੁਲ ਕਲਾਮ ਜੀ ਨੇ ਬੜੀ ਪਿਆਰੀ ਗੱਲ ਕਹੀ ਹੈ ਨਾ, ਕਿਸੇ ਨੇ ਕਿਹਾ ਜੀ ਮਾਰੇ ਉਹ ਪੱਤਰਕਾਰ ਬੜਾ ਮਾੜਾ ਲਿਖਦਾ ਹੈ, ਤੁਹਾਡੇ ਬਾਰੇ ਬੜਾ ਮਾੜਾ ਲਿਖਦਾ ਹੈ। ਅਬਦੁਲ ਕਲਾਮ ਜੀ ਨੇ ਪੱਤਰਕਾਰ ਨੂੰ ਬੁਲਾਇਆ, ਬੁਲਾ ਕੇ ਸਨਮਾਨ ਦਿੱਤਾ, ਗੱਲਾਂ ਲਾ ਲਿਆ। ਹੁਣ ਉਹ ਆਦਮੀ ਨੇ ਕਿਹਾ ਮੈਂ ਜੀ ਤੁਹਾਨੂੰ ਇਸ ਲਈ ਦੱਸਿਆ ਕਿ ਤੁਸੀਂ ਇਹਨੂੰ ਕੋਈ ਸਜ਼ਾ ਦਿਓ, ਇਹਦੇ ਖਿਲਾਫ਼ ਕੋਈ ਬਰੰਡ ਕਢਾਓ, ਕਿਉਂਕਿ ਤੁਸੀਂ ਇੰਨੇ ਨਾਮੀ ਔਰ ਤੁਹਾਡੇ ਬਾਰੇ ਬੁਰਾ ਲਿਖ ਰਿਹਾ ਹੈ, ਇਹਨੂੰ ਕੋਈ ਸਜ਼ਾ ਦਿਓ, ਇਹਦੇ ਬਾਰੇ ਕੋਈ ਬੁਰਾ ਕਰੋ, ਇਹਨੂੰ SHO ਨੂੰ ਕਹਿ ਕੇ ਜਾਂ SSP ਨੂੰ ਕਹਿ ਕੇ ਇਹਨੂੰ ਅੰਦਰ ਕਰਾਓ, ਤੁਸੀਂ ਇਹਨੂੰ ਗੱਲਾਂ ਲਾ ਕੇ ਸਨਮਾਨ ਦੇ ਰਹੇ ਹੋ। ਅਬਦੁਲ ਕਲਾਮ ਜੀ ਨੇ ਕਿਹਾ ਹੁਣ ਮੈਂ ਜੋ ਕਰ ਰਿਹਾ ਮੈਨੂੰ ਕਰਨ ਦੇ। ਕਹਿੰਦੇ ਪੱਤਰਕਾਰ ਨੂੰ ਗੱਲ ਨਾਲ ਲਾਇਆ, ਸਨਮਾਨ ਦਿੱਤਾ, ਜਦੋਂ ਚਲਾ ਗਿਆ ਤਾਂ ਅਗਲੇ ਦਿਨ ਹੀ ਉਹਨੇ ਪਤਾ ਕੀ ਪੱਤਰ 'ਚ ਲਿਖਿਆ, ਯਾਨੀ ਅਖਬਾਰ 'ਚ ਲਿਖਿਆ ਕਿ ਮੈਂ ਤਾਂ ਉਹਨਾਂ ਨੂੰ ਗਲਤ ਹੀ ਸਮਝਦਾ ਸੀ, ਤੋਂ ਬੰਦੇ ਬੜੇ ਚੰਗੇ। ਕਹਿੰਦੇ ਇਹ ਦੇਖ, ਅਗਰ ਮੈਂ ਉਹਨੂੰ ਸਜ਼ਾ ਦਿੰਦਾ ਤਾਂ ਉਹਨਾਂ ਹੋਰ ਜ਼ਿਆਦਾ ਮੇਰੇ ਖਿਲਾਫ਼ ਲਿਖਣਾ ਸੀ, ਪਰ ਮੈਂ ਉਹਨੂੰ ਪਿਆਰ ਦਿੱਤਾ ਤਾਂ ਹੁਣ ਉਹ ਮੇਰਾ ਹੋ ਗਿਆ, ਹੁਣ ਸਦਾ ਮੇਰੇ ਵਾਸਤੇ ਚੰਗਾ ਹੀ ਲਿਖੇਗਾ। ਸੋ ਇੱਥੇ ਦੱਸਣਾ ਕੀ ਚਾਹੁੰਦੇ ਆ ਕਿ ਅਗਰ ਅਸੀਂ ਵੀ ਆਪਣੇ ਰੱਬ ਨਾਲ ਯਾਰੀ ਲਾ ਲਈਏ, ਆਪਣੇ ਰੱਬ ਨੂੰ ਗੱਲ ਨਾਲ ਲਾ ਲਈਏ, ਤਾਂ ਰੱਬ ਕਹੇਗਾ ਜੇ ਤੇਰੀ ਕਿਸਮਤ 'ਚ ਮਾੜਾ ਵੀ ਲਿਖਿਆ ਤਾਂ ਲੈ ਅੱਜ ਤੋਂ ਮੈਂ ਚੰਗਾ ਲਿਖਣਾ ਸ਼ੁਰੂ ਕਰ ਦੇਣਾ, ਮੈਨੂੰ ਡਰਨ ਦੀ ਲੋੜ ਹੀ ਕੀ ਹੈ। ਸਮਝਦੇ ਹੋ ਕਿ ਨਹੀਂ? ਆਪਣੇ ਕਰਮ ਅੱਛੇ ਕਰੋ, ਇਸ ਲਈ ਬੁਰੇ ਸੇ ਬੁਰੇ ਹਾਲਾਤੋਂ ਮੇਂ ਸੇ ਨਿਕਲਨੇ ਕਾ ਰਾਸਤਾ ਵੋ ਪਾ ਲੇਤਾ ਹੈ ਜੋ ਆਪਣੀ ਅੱਛੀ ਕਰਨੀ ਸੇ ਉਸ ਰੱਬ ਕੋ ਆਪਣਾ ਬਣਾ। ਇਸ ਲਈ ਅੱਜ ਤੋਂ ਕਰਮ ਅੱਛੇ ਕਰਨੇ ਹੈ, ਅੱਛਾ ਬੋਲਣਾ ਹੈ, ਬੋਲੋ ਸਮਝਦੇ ਹੋ ਕਿ ਨਹੀਂ, ਅੱਛਾ ਕਰਮ ਕਰਨਾ ਹੈ, ਕਿਉਂਕਿ ਨੇਕੀਆਂ ਕਰਕੇ ਅੱਛੇ ਮਾਰਗ 'ਤੇ ਚੱਲ ਕੇ ਅਸੀਂ ਉਹ ਰੱਬ ਨੂੰ ਆਪਣਾ ਬਣਾ ਸਕਦੇ ਹਾਂ, ਔਰ ਜਦੋਂ ਉਹ ਸਾਡਾ ਬਣ ਗਿਆ ਤਾਂ ਫਿਰ ਸਾਨੂੰ ਕਿਸੇ ਵਹਿਮ ਭਰਮ 'ਚ ਫਸਣ ਦੀ ਤਾਂ ਜ਼ਰੂਰਤ ਹੈ ਹੀ ਨਹੀਂ, ਫਿਰ ਤਾਂ ਨਾਮੁਮਕਿਨ ਵੀ ਮੁਮਕਿਨ ਕਰਨ ਦੀ ਤਾਕਤ ਉਹ ਆਪੇ ਹੀ ਦਏਗਾ। ਬਸ ਵਿਸ਼ਵਾਸ ਰੱਖਣਾ, ਔਰ ਜਿੱਦਾਂ ਦੱਸਿਆ ਕਿ ਫਲ ਕੇ ਲੀਏ ਸੋਚਨੇ ਸੇ ਕੁਛ ਨਹੀਂ ਹੋਗਾ, ਫਲ ਕੇ ਲੀਏ ਬੀਜ ਬੋਣਾ ਬਹੁਤ ਜ਼ਰੂਰੀ ਹੈ, ਕਾਮਯਾਬੀ ਕੇ ਲੀਏ ਕਿਸੀ ਔਰ ਕੋ ਹੋ ਨਾ ਹੋ, ਤੁਝੇ ਆਪਣੇ ਰੱਬ ਪੇ ਯਕੀਨ ਹੋਣਾ ਬਹੁਤ। ਬਸ ਤੁਸੀਂ ਜੇ ਕਾਮਯਾਬੀ ਚਾਹੁੰਦੇ ਹੋ ਤਾਂ ਯਕੀਨ ਰੱਖੋ ਕਿ ਮੈਨੂੰ ਕਾਮਯਾਬੀ ਦੇਣ ਵਾਲਾ ਮੇਰਾ ਮਾਲਿਕ ਮੇਰੇ, ਇਸ ਲਈ ਮੈਨੂੰ ਕਾਮਯਾਬੀ ਜ਼ਰੂਰ, ਮੈਨੂੰ ਖੁਸ਼ੀਆਂ ਦੇਣ ਵਾਲਾ ਮੇਰਾ ਮਾਲਿਕ ਮੇਰੇ, ਮੈਨੂੰ ਖੁਸ਼ੀਆਂ ਜ਼ਰੂਰ, ਯਕੀਨ ਰੱਖੋਗੇ ਕਿ ਨਹੀਂ? ਇਹ ਲਿਆਓ ਹੁਣ ਆਖਰਲੇ ਬਚਨਾਂ 'ਚ ਕਹਿ ਰਹੀ ਹੈ, ਫਿਰ ਕਹਾਂਗੇ ਬੁੱਲੇ ਸ਼ਾਹ ਦੀ ਗੱਲ ਕਿ ਰੱਬ ਕੀ ਬੰਦਗੀ ਰੋਜ਼ ਕਰੋ, ਭੁੱਲ ਗਏ ਤੇ ਕਹਿ ਦਿਓ ਰੱਬ ਕੀ ਬੰਦਗੀ ਅੱਜ ਤੋਂ ਰੋਜ਼ ਕਰਨੀ ਹੈ, ਚਾਹੇ 5 ਮਿੰਟ ਬੈਠੀਏ 10 ਮਿੰਟ ਬੈਠੀਏ, ਕੁਛ ਨਾ ਕਰਨ ਨਾਲੋਂ ਕੁਛ ਤਾਂ ਸ਼ੁਰੂਆਤ ਕਰੀਏ ਨਾ, ਫਿਰ ਹੌਲੀ ਹੌਲੀ ਜਦੋਂ ਆਨੰਦ ਆਉਣਾ ਸ਼ੁਰੂ ਹੋਏਗਾ ਤਾਂ ਫਿਰ ਆਪੇ ਟਾਈਮ ਵੱਧਦਾ ਚਲਾ ਜਾਏਗਾ, ਪਰ ਨਾ ਕਰਨ ਨਾਲੋਂ 5 ਮਿੰਟ ਹੀ ਬੈਠੀਏ, ਉਹਦੀ ਯਾਦ ਵਿੱਚ ਬੈਠੀਏ ਜ਼ਰੂਰ। ਰੱਬ ਕੀ ਬੰਦਗੀ ਰੋਜ਼ ਕਰੋ ਔਰ ਫਿਰ ਜ਼ਿੰਦਗੀ ਮੇਂ, ਕਿਉਂਕਿ ਜਦੋਂ ਸਵੇਰੇ ਸਵੇਰੇ ਉੱਠ ਗਈ, ਜਿੱਦਾਂ ਬੰਦੇ ਨੂੰ ਪਤਾ ਨਾ ਸਵੇਰੇ ਸਵੇਰੇ ਆਪਣਾ ਮੋਬਾਈਲ ਚਾਰਜ ਕਰ ਲਿਆ, ਹੁਣ ਸਾਰਾ ਦਿਨ ਮੈਂ ਆਰਾਮ ਨਾਲ ਬੇਫਿਕਰ ਹੋ ਕੇ ਇਹਦਾ ਇਸਤੇਮਾਲ ਕਰ ਸਕਦਾ, ਇਸੇ ਤਰ੍ਹਾਂ ਸਵੇਰੇ ਸਵੇਰੇ ਉੱਠ ਕੇ ਆਪਣੇ ਆਪ ਨੂੰ ਚਾਰਜ ਕਰਨ ਦੀ ਖਾਤਰ ਆਪਣੇ ਸਵਿੱਚ ਨੂੰ ਰੱਬ ਨਾਲ ਜੋੜ ਦਿਓ, ਤਾਂ ਕਿ ਚਾਹੇ 5 ਮਿੰਟ ਹੀ 10 ਮਿੰਟ ਹੀ ਜਿੰਨਾ ਵੀ ਟਾਈਮ ਹੈ ਜਦੋਂ ਉਹਦੀ ਬੰਦਗੀ ਨਾਲ ਜੁੜਾਂਗੇ ਤਾਂ ਫਿਰ ਜੀਵਨ 'ਚ ਮੌਜਾਂ ਵੀ ਫੇਰ ਹੀ ਕਰ ਪਾਵਾਂਗੇ, ਜੀਵਨ 'ਚ ਖੁਸ਼ੀਆਂ ਵੀ ਫੇਰ ਹੀ ਆਉਣਗੀਆਂ, ਜੀਵਨ 'ਚ ਕਾਮਯਾਬੀ ਵੀ ਫੇਰ ਹੀ ਆਏਗੀ।
ਔਰ ਜਿੱਦਾਂ ਬੁੱਲੇ ਸ਼ਾਹ ਨੇ ਅੱਗੇ ਕਿਹਾ ਕਿ ਰੱਬ ਕੀ ਬੰਦਗੀ ਰੋਜ਼ ਕਰੋ ਫਿਰ ਜ਼ਿੰਦਗੀ ਮੇਂ ਮੌਜ ਕਰੋ, ਅਗਰ ਤੇਰੇ ਜੀਵਨ ਮੇਂ ਖੁਸ਼ੀਆਂ ਨਹੀਂ ਤੋ ਫਿਰ ਮੁਰਸ਼ਦ ਕੀ, ਅਗਰ ਜੀਵਨ 'ਚ ਖੁਸ਼ੀ ਹੈ ਨਹੀਂ, ਦੁੱਖ ਹੀ ਦੁੱਖ ਹੈ, ਤਾਂ ਫਿਰ ਕਾਮਿਲ ਮੁਰਸ਼ਦ ਦੀ ਤਲਾਸ਼ ਕਰ ਜਿਹਦੀ ਸੋਭਤ 'ਚ ਜਾ ਕੇ ਤੇਰੇ ਜੀਵਨ 'ਚ ਖੁਸ਼ੀਆਂ ਆ ਸਕਦੀਆਂ ਹੈ। ਸਮਝਦੇ ਹੋ ਕਰੇ? ਇਸ ਲਈ ਆਓ ਹੁਣ ਆਖਰਲੇ ਵਚਨਾਂ 'ਚ ਕਹਿ ਦਈਏ, ਜਿੱਦਾਂ ਦੱਸਿਆ ਕਿ ਕਾਮਯਾਬੀ ਕੇ ਲਈ ਕਿਸੇ ਹੋਰ ਕੋ ਹੋ ਨਾ ਹੋ ਤੁਝੇ ਆਪਣੇ ਰੱਬ 'ਤੇ ਵਿਸ਼ਵਾਸ ਹੋਣਾ ਬਹੁਤ ਜੇ ਕਾਮਯਾਬੀ ਚਾਹੀਦੀ ਤਾਂ ਕਹਿ ਦਿਓ ਮੈਨੂੰ ਆਪਣੇ ਮਾਲਿਕ 'ਤੇ ਪੂਰਾ, ਮੈਨੂੰ ਆਪਣੇ ਮਾਲਿਕ 'ਤੇ ਪੂਰਾ, ਮੈਨੂੰ ਆਪਣੇ ਮਾਲਿਕ 'ਤੇ ਪੂਰਾ, ਮੇਰੀਆਂ ਝੋਲੀਆਂ ਖੁਸ਼ੀਆਂ ਨਾਲ, ਮੇਰੀਆਂ ਝੋਲੀਆਂ ਖੁਸ਼ੀਆਂ ਨਾਲ, ਮੇਰੀਆਂ ਝੋਲੀਆਂ ਖੁਸ਼ੀਆਂ ਨਾਲ, ਮੇਰੇ ਸਾਰੇ ਦੁੱਖ ਦੂਰ, ਮੇਰੇ ਸਾਰੇ ਦੁੱਖ ਦੂਰ, ਮੇਰੇ ਸਾਰੇ ਦੁੱਖ ਦੂਰ, ਮੇਰਾ ਮਾਲਿਕ ਮੇਰੇ, ਮੇਰਾ ਮਾਲਿਕ ਮੇਰੇ, ਮੇਰਾ ਮਾਲਿਕ ਮੇਰੇ, ਮੈਂ ਬਹੁਤ, ਮੈਂ ਬਹੁਤ, ਮੈਂ ਬਹੁਤ ਖੁਸ਼ੀ ਆ ਗਈ, ਆ ਗਈ, ਆ ਗਈ, ਆ ਗਈ, ਰਹਿਮਤ ਆ ਗਈ, ਆ ਗਈ, ਆ ਗਈ, ਆ ਗਈ, ਆ ਗਈ। ਬਸ ਇਹੀ ਯਕੀਨ ਰੱਖਣਾ ਕਿ ਰਹਿਮਤ ਆ ਰਹੀਆਂ ਹੈ, ਖੁਸ਼ੀਆਂ ਆ ਰਹੀਆਂ ਹੈ, ਕਿਉਂਕਿ ਜੈਸਾ ਵਿਸ਼ਵਾਸ ਤੁਸੀਂ ਰੱਖਣਾ ਫਿਰ ਆਉਣਾ ਵੀ। ਹੁਣ ਕੋਈ ਕਹੇ ਨਾ ਰੱਬ ਦੀ ਰਹਿਮਤ ਨਾਲ ਕੀ ਹੁੰਦਾ, ਉਹ ਤੈਨੂੰ ਹੈ ਜਾਂ ਨਹੀਂ ਹੈ ਮੈਨੂੰ ਨਹੀਂ ਪਤਾ, ਪਰ ਮੈਨੂੰ ਆਪਣੇ ਮਾਲਿਕ 'ਤੇ ਪੂਰਾ, ਕਿਉਂਕਿ ਜਿਹਨੇ ਵਿਸ਼ਵਾਸ ਕਰਨਾ ਖੁਸ਼ੀ ਵੀ ਉਹਨੀ ਮਿਲਣੀ ਹੈ, ਕਾਮਯਾਬੀ ਵੀ ਉਹਨੀ ਮਿਲਣੀ ਹੈ। ਇਹਨੇ ਜਿੱਦਾਂ ਅੱਜ ਸਮਾਂ ਕੱਢ ਕੇ ਸਤਸੰਗ 'ਚ ਪਹੁੰਚੇ ਹੋ, ਜਦੋਂ ਵਕਤ ਮਿਲੇ ਸਤਸੰਗ 'ਚ ਆਇਆ ਕਰੋ, ਫਿਰ ਹੀ ਇਹ ਕੜਵਾਹਟ ਦੂਰ ਹੋਣੀ ਹੈ ਔਰ ਫਿਰ ਹੀ ਜੀਵਨ 'ਚ ਖੁਸ਼ੀਆਂ ਦੀ ਮਿਠਾਸ ਆਉਣੀ ਹੈ। ਇਸ ਲਈ ਯਕੀਨ ਰੱਖਣਾ ਕਿ ਮੈਨੂੰ ਨਾ ਚਿੰਤਾ ਕਰਨ ਦੀ ਜ਼ਰੂਰਤ ਹੈ, ਬਸ ਜ਼ਰੂਰਤ ਹੈ ਤਾਂ ਆਪਣੇ ਮਾਲਿਕ 'ਤੇ ਵਿਸ਼ਵਾਸ ਕਰਨ ਦੀ ਜ਼ਰੂਰਤ ਹੈ, ਕਿਉਂਕਿ ਜਿਹਦੀ ਵਿਸ਼ਵਾਸ ਦੀ ਤਾਰ ਉਹਦੇ ਨਾਲ ਜੁੜ ਜਾਂਦੀ ਹੈ ਫਿਰ ਉਹਦੇ ਜੀਵਨ 'ਚ ਖੁਸ਼ੀਆਂ ਜ਼ਰੂਰ ਆਉਂਦੀਆਂ ਹੈ। ਇਸ ਲਈ ਯਕੀਨ ਰੱਖੋ, ਵਿਸ਼ਵਾਸ ਰੱਖੋ, ਆਉਣ ਵਾਲਾ ਸਮਾਂ ਤੁਹਾਡੇ ਵਾਸਤੇ ਖੁਸ਼ੀਆਂ, ਰਹਿਮਤਾਂ, ਬਰਕਤਾਂ ਲੈ ਕੇ ਆਏਗਾ। ਇਸ ਲਈ ਹੁਣ ਕਹਿ ਦਿਓ ਕਿ ਮੇਰਾ ਮਾਲਿਕ ਮੇਰੇ, ਕਿਉਂਕਿ ਇਹ ਵੀ ਉਹੀ ਗੱਲ ਕਹਿ ਸਕਦਾ ਜਿਹਦੇ ਅੰਦਰ ਵਿਸ਼ਵਾਸ ਹੁੰਦਾ ਕਿ ਮੈਂ ਇਕੱਲਾ ਨਹੀਂ ਹਾਂ, ਹਰ ਕਦਮ 'ਤੇ ਮੇਰਾ ਮਾਲਿਕ ਮੇਰੇ, ਮੇਰਾ ਮਾਲਿਕ ਮੇਰੇ, ਮੇਰਾ ਮਾਲਿਕ ਮੇਰੇ, ਮੇਰਾ ਮਾਲਿਕ ਮੇਰੇ, ਵਿਸ਼ਵਾਸ ਨਾਲ ਕਿਹਾ ਨਾ ਤਾਂ ਜਾਓ ਫਿਰ ਮਾਲਿਕ ਨਾਲ ਹੀ ਹੈ, ਬਸ ਫੀਲ ਕਰਨਾ ਤੁਸੀਂ। ਤਾਂ ਹੁਣ ਇਹਨਾਂ ਵਚਨਾਂ ਦੇ ਨਾਲ ਹੀ ਅਸੀਂ ਅੱਜ ਦੇ ਸਤਸੰਗ ਦੀ ਸਮਾਪਤੀ ਕਰਾਂਗੇ। ਉਪਰੰਤ ਵਿੱਚ ਇਹੀ ਉਸ ਮਾਲਿਕ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਾਂਗੇ ਕਿ ਮਾਲਿਕ ਤੁਹਾਨੂੰ ਸਭ ਨੂੰ ਨਾਮ ਨਾਲ ਜੁੜਨ ਦੀ ਤਾਕਤ ਦੇਣ, ਨਾਮ ਜਪਣ ਦੀ ਤਾਕਤ ਦੇਣ, ਸੇਵਾ ਸਿਮਰਨ ਕਰਨ ਦਾ, ਨੇਕ ਮਾਰਗ 'ਤੇ ਚੱਲਣ ਦਾ ਮਾਲਿਕ ਬਲ ਬਖਸ਼ਣ, ਤੁਹਾਡੇ ਸਭ ਦੇ ਦੁੱਖਾਂ, ਦਰਦਾਂ, ਪਰੇਸ਼ਾਨੀਆਂ ਨੂੰ ਮਾਲਿਕ ਦੂਰ ਕਰਨ, ਤੁਹਾਡੀਆਂ ਸਭ ਦੀਆਂ ਝੋਲੀਆਂ ਨੂੰ ਮਾਲਕ ਖੁਸ਼ੀਆਂ ਨਾਲ ਭਰਪੂਰ ਕਰਨ, ਆਉਣ ਵਾਲਾ ਹਰ ਪਲ ਤੁਹਾਡੇ ਵਾਸਤੇ ਕਾਮਯਾਬੀ, ਸਫਲਤਾ, ਖੁਸ਼ੀਆਂ ਲੈ ਕੇ ਆਵੇ। ਇਹੀ ਸਾਡੀ ਉਸ ਮਾਲਿਕ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ ਔਰ ਅੰਤ ਵਿੱਚ ਤੁਹਾਡੇ ਸਭ ਦੇ ਅੰਦਰ ਵਾਸਤੇ ਉਸ ਮਾਲਿਕ ਨੂੰ ਅਸੀਂ ਪ੍ਰਣਾਮ ਕਰਦੇ ਹਾਂ। ਸਾਡਾ ਪ੍ਰਣਾਮ ਸਵੀਕਾਰ ਕਰੋ। ਜੈ ਮਾਲਕਾਂ ਦੀ। वीडियो अच्छी लगी हो तो कृपया इसे शेयर जरूर करें। आपके शेयर करने से अगर किसी की जिंदगी में अच्छा बदलाव आता है, पॉजिटिव चेंज आती है, तो ये भी आपकी तरफ से किया गया एक नेक कर्म होगा, एक सेवा होगी। तो वीडियो को शेयर जरूर करें और वीडियो देखने के लिए सर्व संजय दरबार कांटियां शरीफ यूट्यूब चैनल को सब्सक्राइब करें और फेसबुक पेज को फॉलो करना ना भूलें। जय माता दी।